ਸਵਾਗਤ ਜੀ ਤੁਹਾਡਾ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ ਮੈਂ ਹਾਂ ਗੁਰਪ੍ਰੀਤ ਸਿੰਘ ਸੰਧਵਾਲੀਆ ਤੇ ਅੱਜ ਜੇ ਆਪਾਂ ਗੱਲ ਕਰੀਏ ਖਬਰਾਂ ਦੀ ਤੇ ਇੰਨਾ ਕੁਝ ਹੋ ਚੁੱਕਾ ਉਹ ਚਾਹੇ ਆਮ ਆਦਮੀ ਪਾਰਟੀ ਲਾ ਲਓ ਚਾਹੇ ਕਾਂਗਰਸ ਪਾਰਟੀ ਲਾ ਲੂ ਤੇ ਚਾਹੇ ਲਾ ਲਓ ਸ਼੍ਰੋਮਣੀ ਅਕਾਲੀ ਦਲ ਉਹਦੇ ਵਿੱਚ ਭਾਜਪਾ ਦੀ ਐਂਟਰੀ ਕਿਹੜੇ ਪਾਸੇ ਹੁੰਦੀ ਹੈ ਉਹਦਾ ਜ਼ਿਕਰ ਵੀ ਕਰਨਾ ਬਣਦਾ ਤੇ ਜਿਸ ਹਾਵਨਾ ਇਸ ਵਕਤ ਸਾਰਿਆਂ ਨੇ ਘੇਰ ਘਰਾ ਕੇ ਹਰੇਕ ਨੂੰ ਰਾਜਨੀਤੀ ਵਾਲੇ ਛਾਜਿਛ ਪਾ ਕੇ ਛੱਟਣ ਦੀ ਕੋਸ਼ਿਸ਼ ਕੀਤੀ ਹੈ ਉਹਦੇ ਚੋਂ ਨਿਕਲੂਗਾ ਕੀ ਉਹਦਾ ਅੱਜ ਜ਼ਿਕਰ ਕਰਾਂਗੇ ਇੱਕ ਤਾਂ ਸੁਖਵੀਰ ਸਿੰਘ ਬਾਦਲ ਸਾਹਿਬ ਦੀ ਚਿੱਠੀ ਦੇ ਬ ਦੂਸਰਾ ਜੋ ਕੁਝ ਪਾਰਲੀਮੈਂਟ ਦੇ ਵਿੱਚ ਚੰਨੀ ਸਾਹਿਬ ਨੇ ਕਿਹਾ ਤੇ ਬਿੱਟੂ ਸਾਹਿਬ ਨੇ ਉਸ ਤੋਂ ਬਾਅਦ ਵਿਰੋਧ ਕੀਤਾ ਤੇ ਬੀਜੇਪੀ ਨੇ ਗੱਲ ਚੱਕ ਲਈ ਉਹਦਾ ਜ਼ਿਕਰ ਕਰਨਾ ਵੀ ਬਣਦਾ ਤੇ ਇਹਨਾਂ ਮੁੱਖ ਮੰਤਰੀ ਸਾਹਿਬ ਨੇ ਸਟੈਂਡ ਕਿਹੜਾ ਲੈ ਲਿਆ ਨੀਤੀਯੋਗ ਨੂੰ ਲੈ ਕੇ ਉਹਦਾ ਵੀ ਗੱਲ ਕਰਾਂਗੇ ਜ਼ਿਕਰ ਕਰਾਂਗੇ ਨਾਲ ਪੀਨਾ ਬਾਟ ਸਾਹਿਬ ਦਾ ਹਾਲ ਪੁੱਛੀ ਕੀ ਹਾਲ ਨੇ ਬਾਟ ਸਾਹਿਬ ਚੜਦੀ ਕਲਾ ਜੀ ਸਸਿਕਾ ਸਾਸਰੀ ਕਾਲ ਮਾਰੇ ਸੀਤਾ ਕਿਦਾਂ ਸੀਤਾ ਠੀਕ ਨੇ ਜੀ ਪਹਿਲਾਂ ਨਾਲੋਂ ਹਾਂ ਨਹੀਂ ਹਮੇਸ਼ਾ ਠੀਕ ਹੁੰਦੀ ਐ ਅੱਛਾ ਫਿਰ ਠੀਕ ਮਤਲਬ ਇਹ ਇਹਨਾਂ ਨੂੰ ਹੁਣ ਠੀਕ ਮੰਨਿਆ ਜਾ ਰਿਹਾ ਅੱਜਕੱਲ੍ਹ ਇਹਨਾਂ ਨੂੰ ਠੀਕ ਮੰਨਿਆ ਜਾ ਰਿਹਾ ਆਈ ਵੀ ਕੇਵਲ ਹ ਇੱਧੇ ਰਹਿਣੀਆਂ ਹਾਂ ਅਜਾ ਨਹੀਂ ਚਲੋ ਆਪਾਂ ਸ਼ੁਰੂਆਤ ਕਰੀਏ ਜੀ ਅੱਜ ਦੀ ਕੱਲ ਜਿਹੜੀ ਆਪਾਂ ਗੱਲ ਜ਼ਿਆਦਾ ਕੀਤੀ ਸੀ ਅੱਜ ਮੈਨੂੰ ਇਹ ਲੱਗ ਕੇ ਥੋੜੀ ਚਲੋ ਉਹਨੂੰ ਅੱਗੇ ਤੋਰ ਲੈਣਿਆ ਹੁਣ ਸੁਖਵੀਰ ਸਿੰਘ ਬਾਦਲ ਸਾਹਿਬ ਜਦੋਂ ਉੱਥੇ ਜਾਂਦੇ ਨੇ ਜਹਦਰ ਸਾਹਿਬ ਦੇ ਕੋਲ ਤੇ ਇੱਕ ਚਿੱਠੀ ਇੱਕ ਪੱਤਰ ਇੱਕ ਬੰਦ ਲਿਫਾਫਾ ਦੇ ਕੇ ਆਉਂਦੇ ਆ ਉਸ ਤੋਂ ਬਾਅਦ ਦੋ ਤਿੰਨ ਤਰ੍ਹਾਂ ਦੀ ਚਰਚਾ ਚੱਲਦੀ ਆ ਕਿ ਵੀ ਬੰਦ ਲਿਫਾਫਾ ਜਾਂ ਲਿਫਾਫਾ ਕਲਚਰ ਪਹਿਲਾਂ ਸੀ ਤੇ ਕੀ ਲਿਫਾਫਾ ਕਲਚਰ ਕੰਟੀਨਿਊ ਰਹੂਗਾ ਉਹਦਾ ਕੀ ਜਵਾਬ ਦਿੰਦਾ ਸ਼੍ਰੋਮਣੀ ਕਾਲ ਦਲ ਉਹ ਆਪਾਂ ਵੇਖਾਂਗੇ ਪਰ ਉਹਦੇ ਨਾਲ ਨਾਲ ਜਿਹੜਾ ਨਰਾਜ਼ ਧੜਾ ਸੀ ਜਾਂ ਨਰਾਜ਼ ਧੜੇ ਦੇ ਆਗੂ ਸੀ ਸੁਚਾ ਸਿੰਘ ਛੋਟੇਪੁਰ ਸਾਬ ਹੋ ਗਏ ਜਾਂ ਭਾਈ ਮਨਜੀਤ ਸਿੰਘ ਹੋ ਗਏ ਉਹਨਾਂ इवन ਬੀਬੀ ਜ਼ਗੀਰ ਕੌਰ ਉਹਨਾਂ ਨੇ ਵੀ ਇੱਕ ਮੀਡੀਆ ਹਾਊਸ ਨਾਲ ਗੱਲ ਕਰਦੇ ਆ ਕਿ ਆ ਕੀ ਜੀ ਇਹੋ ਕੁਛੀ ਕਰਨਾ ਦਾ ਕੀ ਫਾਇਦਾ ਕੋਈ ਕਲੀਅਰ ਤਾਂ ਹੋਵੇ ਸਾਰਾ ਕੁਝ ਉਹਦੇ ਜਿੱਦਾਂ ਉਹਨਾਂ ਮੰਗ ਕੀਤੀ ਕਿ ਵੀ ਉਹ ਸਾਰਾ ਕੁਝ ਜੰਤਰ ਜੰਤਰ ਕਰੋ ਜਹਦਾਰ ਸਾਹਿਬ ਕਿਉਂਕਿ ਉਸ ਤੋਂ ਪਹਿਲਾਂ ਲਫਾਫਿਆਂ ਦੇ ਵਿੱਚ ਜਾਂ ਅੰਦਰ ਖਾਤੇ ਬਹੁਤ ਕੁਝ ਹੁੰਦਾ ਰਹਿਣ ਕਰਕੇ ਹੀ ਸ਼ਾਇਦ ਇਹ ਮਸਲਾ ਇੱਥੋਂ ਤੱਕ ਪਹੁੰਚਿਆ ਤੇ ਹੁਣ ਜੇ ਗਾਂਵਿਆਂ ਆਪਾਂ ਇਹਨੂੰ ਇਸੇ ਤਰ੍ਹਾਂ ਟ੍ਰੀਟ ਕਰਨਾ ਤੇ ਇਹ ਨਾ ਹੋਵੇ ਕਿ ਜਿਸ ਮਸਲੇ ਨੂੰ ਆਪਾਂ ਨੇ ਜੱਠਣ ਲਈ ਤੁਰੇ ਉਹ ਨਜੱਠਿਆ ਨ ਜਾਵੇ ਸਭ ਤੋਂ ਵੱਧ ਜੀ ਦੇਖੋ ਸੰਧਾਲੀਆ ਸਾਹਿਬ ਪਹਿਲੀ ਗੱਲ ਕਿ ਸੁੱਚਾ ਸਿੰਘ ਛੋਟੇਪੁਰ ਜਿਨ੍ਹਾਂ ਨੇ ਇਸ ਮੁੱਦੇ ਦੇ ਉੱਤੇ ਚਰਚਾ ਛੇੜੀ ਹੈ ਭਾਈ ਮਨਜੀਤ ਸਿੰਘ ਹੋਰ ਨਾਲ ਲੈ ਕੇ ਉਹਨਾਂ ਨੇ ਮੰਗ ਕੀ ਕੀਤੀ ਉਹਨਾਂ ਨੇ ਬੜੇ ਸਤਕਾਰਤ ਢੰਗ ਦੇ ਨਾਲ ਜਥੇਦਾਰ ਸਹਿਬਾਨ ਤੋਂ ਮੰਗ ਕੀਤੀ ਆਕਾਲੀ ਦਲ ਦੇ ਪ੍ਰਧਾਨ ਤੋਂ ਮੰਗ ਨਹੀਂ ਕੀਤੀ ਉਹਨਾਂ ਨੇ ਜਥੇਦਾਰ ਸਾਹਿਬ ਤੋਂ ਮੰਗ ਕੀਤੀ ਹੈ ਕਿ ਜਿਹੜਾ ਸਪਸ਼ਟੀਕਰਨ ਬਾਦਲਫਾਫੇ ਚ ਸਰਦਾਰ ਸੁਖਬੀਰ ਸਿੰਘ ਬਾਦਲ ਜੇ ਐਸ்சிਪੀਸੀ ਪ੍ਰਧਾਨ ਦੇ ਕੇ ਗਏ ਆ ਉਹਨੂੰ ਜਨਤਕ ਕਰੋ ਤੇ ਉਹਦਾ ਇੱਕ ਰੀਜ਼ਨ ਦਿੱਤਾ ਉਹਨੇ ਕਾਰਨ ਦਿੱਤਾ ਕਾਰਨ ਇਹ ਦੱਸਿਆ ਉਹ ਕਹਿੰਦੇ ਜੀ ਜੇ ਉਹ ਸਾਰੀ ਚੀਜ਼ ਜਨਤਕ ਹੋਏਗੀ ਨਾ ਤਾਂ ਸੰਗਤ ਉਹਦੇ ਤੇ ਚਰਚਾ ਕਰ ਸਕੇਗੀ ਸੰਗਤ ਨੂੰ ਉਹਦੇ ਤੇ ਆਪਣਾ ਕੋਈ ਵਿਚਾਰ ਕਰਨ ਦਾ ਮੌਕਾ ਮਿਲ ਸਕੂਗਾ ਤੇ ਜਿਸ ਤਰੀਕੇ ਇਹ ਬਿਆਨ ਆਇਆ ਦੋ ਦਿਨ ਬਾਅਦ ਇਹ ਚਿੱਠੀ ਦੇਉਣ ਤੋਂ ਬਾਅਦ ਇਹਦਾ ਮਤਲਬ ਹੈ ਕਿ ਉਹ ਇਹ ਚਾਹੁੰਦੇ ਆ ਕਿ ਚਿੱਠੀ ਪੰਜ ਸਿੰਘ ਸਹਿਬਾਨਾ ਦੀ ਮੀਟਿੰਗ ਤੋਂ ਪਹਿਲਾਂ ਜਨਤਕ ਹੋਵੇ ਹੂੰ ਚਿੱਠੀ ਉਹ ਤੋਂ ਬਾਅਦ ਜਨਤਕ ਨਾ ਹੋਵੇ ਤਾਂ ਜੋ ਦੇਖੋ ਇੱਕ ਗੱਲ ਤਾਂ ਕੁਝ ਹੱਦ ਤੱਕ ਠੀਕ ਜਾਪਦੀ ਹੈ ਮੈਨੂੰ ਯਾਦ ਹੈ 7-8 ਸਾਲ ਤਾਂ ਹੋ ਗਏ ਇਸ ਮਸਲੇ ਦੇ ਵਿੱਚੋਂ ਲੰਘਦਿਆਂ ਕਿ ਡੇਰਾ ਮੁਖੀ ਨੇ ਮਾਫੀ ਮੰਗੀ ਸੀ ਜੀ ਹੁਣ ਇੱਕ ਬੰਦੇ ਨੇ ਡੇਰਾ ਮੁਖੀ ਨੇ ਗੁਰਮੀਤ RAM ਰਹੀਮ ਨੇ ਗੁਨਾਹ ਕੀਤਾ ਸੀ ਲੋਕਾਂ ਦੇ ਸਾਹਮਣੇ ਹਮ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗਾ ਜਿਹੜਾ ਉਹ ਪਹਿਰਾਵਾ ਪਾਉਣ ਦੀ ਕੋਸ਼ਿਸ਼ ਕੀਤੀ ਗੁਨਾਹ ਤਾਂ ਲੋਕਾਂ ਦੇ ਸਾਹਮਣੇ ਕੀਤਾ ਫਿਰ ਮੁੜ ਕੇ ਜਿਹੜਾ ਮਾਫੀ ਨਾਮਾ ਉਹਨੇ ਭੇਜਿਆ ਹੋਊਗਾ ਕਿਤੇ ਜਨਤਕ ਮੈਨੂੰ ਲੱਭਿਆ ਨਹੀਂ ਕਿਤੇ ਜਿਹਨੂੰ ਆਪਾਂ ਆਫੀਸ਼ੀਅਲ ਕਹਿ ਸਕੀਏ ਕਿ ਭਾਈ ਇਹੀ ਚਿੱਠੀ ਹੈ ਹੁਣ ਜਿਹੜੇ ਬੰਦੇ ਨੇ ਬਾਅਦ ਵਿੱਚ ਗੁਨਾਹਾਂ ਦੀ ਮਾਫੀ ਮੰਗੀ ਤੇ ਉਹਨੂੰ ਕੁਝ ਮਹੀਨੇ ਦੇ ਲਈ ਮਾਫ ਕਰਕੇ ਵੀ ਰੱਖਿਆ ਗਿਆ ਉਹ ਚਿੱਠੀ ਬੰਦ ਹੈ ਹਮ ਜਣੀ ਜਿਹੜੀ ਚੀਜ਼ ਗੁਨਾਹ ਜਨਤਕ ਹੋਇਆ ਤੇ ਉਹਦੀ ਮਾਫੀ ਵਾਲੀ ਚਿੱਠੀ ਵੀ ਤਾਂ ਜਨਤਕ ਹੀ ਹੋ ਜਵੇ ਤਾਂ ਚੰਗਾ ਸੰਗਤ ਨੂੰ ਪਤਾ ਲੱਗ ਜਵੇ ਕਿ ਉਹਨੇ ਕਿੰਨੀ ਕੁ ਹਲੀਮੀ ਦੇ ਨਾਲ ਕਿੰਨੀ ਕੁ ਨਿਮਰਤਾ ਦੇ ਨਾਲ ਕਿੰਨਾ ਕੁ ਝੁੱਕ ਕੇ ਮਾਫੀ ਮੰਗੀ ਹੈ ਹਮ ਕਿਉਂਕਿ ਬੜਾ ਕੁਝ ਚੱਲਦਾ ਸੀ ਚਿੱਠੀ ਪੰਜਾਬੀ ਚ ਹੈ ਕਿ ਹਿੰਦੀ ਚ ਹੈ ਚਿੱਠੀ ਦੇ ਵਿੱਚ ਇੱਕ ਲਾਈਨ ਬਾਅਦ ਵਿੱਚ ਐਡ ਕੀਤੀ ਗਈ ਹੈ ਜੋ ਪਹਿਲਾਂ ਐਡ ਕੀਤੀ ਗਈ ਚਰਚਾ ਦੀ ਗੱਲ ਕਰਦਾ ਚਿੱਠੀ ਦੇ ਉੱਤੇ ਦਸਤਖਤ ਕਿੰਜ ਦੇ ਨੇ ਤਰੀਕ ਕਦੋਂ ਦੀ ਹੈ ਉਹ ਸਾਰੀਆਂ ਗੱਲਾਂ ਚਰਚਾ ਦਾ ਕੇਂਦਰ ਨਹੀਂ ਸੀ ਬਣਨੀਆਂ ਜੇ ਉਹ ਚਿੱਠੀ ਜਨਤਕ ਹੁੰਦੀ ਹੁਣ ਵੀ ਸੰਧਾਲੀਆ ਸਾਹਿਬ ਬੜਾ ਸਪਸ਼ਟ ਹੈ ਆਪਾਂ ਦੋ ਵਾਰ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਜੇ ਚਿੱਠੀ ਜਨਤਕ ਹੁੰਦੀ ਹੈ ਉਹਨਾਂ ਨੇ ਤਾਂ ਮੀਟਿੰਗਸ ਦਾ ਵੀ ਕਿਹਾ ਸਿੰਘ ਸਾਹਿਬਾਨਾਂ ਦੀ ਬੈਠਕ ਦਾ ਕਿ ਓਪਨ ਹੀ ਹੋਵੇ ਸਭ ਕੁਝ ਸੰਗਤ ਦੇ ਵਿੱਚ ਬੈਠ ਕੇ ਹੀ ਹੋਵੇ ਸੰਗਤ ਨੂੰ ਪਤਾ ਲੱਗਣਾ ਚਾਹੀਦਾ ਕਿ ਉਹਦੇ ਵਿੱਚ ਕਿਹੜੀ ਵਿਚਾਰ ਚਰਚਾ ਕਿਸ ਤਰੀਕੇ ਕੀਤੀ ਗਈ ਹੈ ਤੇ ਉਹਦੇ ਪਿੱਛੇ ਕਾਰਨ ਵੀ ਦੱਸਿਆ ਉਹ ਚੱਬਾ ਪਿੰਡ ਦੇ ਸਰਬੱਤ ਖਾਲਸਾ ਤੱਕ ਗੱਲ ਲੈ ਕੇ ਗਏ ਆ ਉਹ ਕਹਿੰਦੇ ਜੀ ਗੁਨਾਹ ਕੀਤਾ ਸੀ ਬੰਦੇ ਨੇ ਮਾਫੀ ਦੇਤੀ ਬਾਅਦ ਵਿੱਚ ਬੇਅਦਬੀ ਦੀਆਂ ਘਟਨਾਵਾਂ ਘਟੀਆਂ ਫੈਸਲੇ ਹੋਰ ਤਰੀਕੇ ਹੋਣ ਰਿਹਾ ਤੇ ਸੰਗਤ ਨੇ ਚੱਬਾ ਪਿੰਡ ਦੇ ਸਰਬੱਤ ਖਾਲਸੇ 'ਚ ਘੱਟ ਕਰਕੇ ਦੱਸ ਦਿੱਤਾ ਸੀ ਕਿ ਉਹਨਾਂ ਦਾ ਇਸ ਪਿੱਲੇ ਰੁਝਾਨ ਕਿਧਰਲੇ ਪਾਸੇ ਹੈ ਕਿ ਕਿਤੇ ਦੁਬਾਰਾ ਉਹਦਾਂ ਦੀ ਕੋਈ ਗੱਲ ਨਾ ਹੋਵੇ ਇਸ ਕਰਕੇ ਚਿੱਠੀ ਜਨਤਕ ਕਰਦੇ ਹੋ ਸੰਗਤ ਨੂੰ ਆਪਣਾ ਮਾਈਂਡ ਸੈਟ ਜਿਹੜਾ ਉਧਰਲੇ ਪਾਸੇ ਤਿਆਰ ਕਰਨ ਦਿਓ ਮੈਨੂੰ ਇਹਦੇ ਪਿੱਛੇ ਸੰਧਾਲੀਆ ਸਭ ਇੱਕ ਹੋਰ ਵੀ ਗੱਲ ਲੱਗਦੀ ਹੈ ਜਿਹੜੇ 4-5 ਨੁਕਤੇ ਸੀ ਨਾ ਉਹ ਖਿਮਾ ਜਾਚਨਾ ਦੇ ਵਿੱਚ ਨਰਾਜ਼ ਅਕਾਲੀ ਆਗੂਆਂ ਦੇ ਉਹ 4-5 ਨੁਕਤਿਆਂ ਨੂੰ ਸਪਸ਼ਟ ਕਰਨ ਦੇ ਵਿੱਚ ਕੀ ਇਕੱਲੇ-ਇਕੱਲੇ ਕਰਕੇ ਕੀਤਾ ਗਿਆ ਜਾਂ ਇਕੱਠਾ ਹੀ ਸਪਸ਼ਟ ਕਰਨ ਐ ਕਰਕੇ ਦਿੱਤਾ ਗਿਆ ਕਿ ਜੇ ਲੱਗਦਾ ਇੱਕ ਗੁਨਾਹ ਕੀਤਾ ਤੇ ਭਾਈ ਅਸੀਂ ਮਾਫੀ ਚਾਹੁੰਦੇ ਹਾਂ ਕਿ ਸਪਸ਼ਟ ਕਰਨ ਇਸ ਰੂਪ ਦੇ ਵਿੱਚ ਹੈ ਹੁਣ ਇਹ ਕੰਮ ਇੱਥੇ ਰੁਕਣਾ ਨਹੀਂ ਕਿਉਂਕਿ ਜਦੋਂ ਦੋ ਮੰਗ ਕਰ ਲਈ ਹੈ ਲੀਡਰ ਹੁਣ ਸੁੱਚਾ ਸਿੰਘ ਛੋਟੇ ਪਰਕਾਉਣ ਨੇ। ਛੋਟੇ ਪਰਿਵਾਰ ਦੇ ਪ੍ਰਤੀਨਿਧ ਮੰਨੇ ਜਾਂਦੇ ਆ। ਪਹਿਲਾਂ ਵੀ ਅਕਾਲੀ ਸਫਾਂ ਦੇ ਵਿੱਚ ਵੱਡਾ ਰੋਲ ਰਿਹਾ। ਉਹਦੇ ਤੋਂ ਬਾਅਦ ਚਲੋ ਆਮ ਆਦਮੀ ਪਾਰਟੀ ਚਲੇ ਗਿਆ ਸੀ ਪੰਜਾਬ ਦੇ ਕਨਵੀਨਰ ਬਣ ਕੇ। ਫਿਰ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਉਹਨਾਂ ਨੂੰ ਅਕਾਲੀ ਦਲ ਸ਼ਾਮਲ ਕਰ ਲਿਆ ਸੀ। ਟਿਕਟ ਵੀ ਦਿੱਤੀ ਸੀ ਵਿਧਾਨ ਸਭਾ ਦੀ। ਹੁਣ ਨਰਾਜ਼ ਆਗੂਆਂ ਦੇ ਵਿੱਚ ਨੇ। ਭਾਈ ਮਨਜੀਤ ਸਿੰਘ ਹੋਰਾਂ ਦੇ ਬਾਬਤ ਸਾਰੇ ਜਾਣਦੇ ਆ। ਸੋ ਚਿੱਠੀ ਜਨਤਕ ਹੋਵੇਗੀ ਕਿ ਨਹੀਂ ਹੋਵੇਗੀ। ਇਹਦਾ ਹੁਣ ਜਦੋਂ ਚਰਚਾ ਚੱਲ ਪਿਆ ਇਹਦਾ ਪ੍ਰੋਸੇ ਯੋਗਤਾ ਦੇ ਨਾਲ ਵੀ ਸੰਬੰਧ ਹੋਣਾ ਇਹਦਾ ਹੁਣ ਆਉਣ ਵਾਲੀ ਸੰਭਾਵੀ ਮੀਟਿੰਗ ਜਿਹਦੇ ਵਿੱਚ ਫੈਸਲਾ ਕੀਤਾ ਜਾਊਗਾ ਉਹਦੇ ਨਾਲ ਵੀ ਸੰਬੰਧ ਹੋਣਾ ਸੋ ਕੋਲ ਮਲਾ ਕੇ ਇਹ ਆ ਕਿ ਵੀ ਜਿੱਥੇ ਵੀ ਆ ਕੇ ਚਰਚਾ ਬਣਨ ਲੱਗਦਾ ਵੀ ਇਸ ਵਕਤ ਇੱਕ ਗੱਲ ਆਪਾਂ ਕਲੀਅਰ ਕਰਦੀ ਵੀ ਇਹ ਸਾਰੀ ਚਰਚਾ ਮੀਡੀਆ 'ਚ ਆ ਜਾਂ ਸੋਸ਼ਲ ਮੀਡੀਆ 'ਚ ਆ ਜਾਂ ਕਹਿੰ ਲੋ ਵੀ ਜਿੱਥੇ ਕੋਈ ਚਾਰ ਸਰੀਰ ਕੋਈ ਇਕੱਠੇ ਹੁੰਦੇ ਹੋਣਗੇ ਉੱਥੇ ਗੱਲ ਕਰਦੇ ਹੋਣਗੇ ਤੇ ਇੱਕ ਗੱਲ ਆਪਾਂ ਇਹ ਵੀ ਕਲੀਅਰ ਕਰਦੀ ਵੀ ਜੇ ਕੋਈ ਸਮਝੇ ਵੀ ਸ਼ਾਇਦ ਇਹ ਸਾਰੇ ਕੁਸ਼ ਦੇ ਨਾਲ ਜਿਹੜੀਆਂ ਕਹਿੰ ਲੋ ਕਿ ਵੀ ਸਰਵੋੱਚ ਥਾਵਾਂ ਦੇ ਉੱਪਰ ਬੈਠੇ ਹੋਏ ਜਹੇਦਾਰ ਸਾਹਿਬ ਨੇ ਜਾਂ ਜਿਹੜੇ ਨੁ ਉਹਨਾਂ ਦੇ ਉੱਪਰ ਕੋਈ ਪ੍ਰੈਸ਼ਰ ਬਿਲਡ ਅਪ ਹੋ ਜੂਗਾ ਫਿਲਹਾਲ ਨਜ਼ਰ ਨਹੀਂ ਆਉਂਦਾ ਕੱਲ ਦਾ ਆਪਾਂ ਨੂੰ ਪਤਾ ਜੀ ਇੱਕ ਆਪਾਂ ਇਹਦੇ ਚੀਜ਼ ਹੋਰ ਐਡ ਕਰਦੀ ਉਹ ਇਹ ਆ ਕਿ ਵੀ ਜਿਹੜੇ ਦੋਸ਼ ਸੀਗੇ ਉਹ ਜਨਤਕ ਸੀ ਉਹ ਜਿਹੜੀਆਂ ਘਟਨਾਵਾਂ ਸੀ ਉਹ ਸਾਰਾ ਕੁਝ ਜਨਤਕ ਸੀ ਉਹਨਾਂ ਤੋਂ ਬਾਅਦ ਪਹਿਲੀਆਂ ਘਟਨਾਵਾਂ ਦੀ ਮਾਫੀ ਵੀ ਜਦੋਂ ਤੁਸੀਂ ਦੱਸਿਆ ਕਿ ਉਹ ਨਹੀਂ ਦੱਸੀ ਗਈ ਤੇ ਇਹਨਾਂ ਦੋਸ਼ਾਂ ਦੀ ਜਿਹੜੀ ਕਹੋ ਕਿ ਵੀ ਗਾਂ ਐਕਸਪਲੇਨੇਸ਼ਨ ਆਈ ਹੈ ਉਹ ਵੀ ਫਿਲਹਾਲ ਜਨਤਕ ਨਹੀਂ ਇਸ ਕਰਕੇ ਕਿਸੇ ਨਾ ਕਿਸੇ ਦਾ ਤੌਖਲਾ ਵਧਦਾ ਹਾਂ ਦੇਖੋ ਇੱਕ ਗੱਲ ਤਾਂ ਪੱਕੀ ਹੈ ਮੈਨੂੰ ਲੱਗਦਾ ਵੀ ਇਹ ਚੀਜ਼ ਜਨਤਕ ਇਸ ਕਰਕੇ ਵੀ ਹੋ ਜਾਣੀ ਚਾਹੀਦੀ ਹੈ ਕਿਉਂਕਿ ਅਫਵਾਹਾਂ ਦਾ ਬਾਜ਼ਾਰ ਜਿਹੜਾ ਉਹ ਵੀ ਗਰਮ ਹੋ ਗਿਆ ਇਹ ਹਰ ਵਾਰ ਹੁੰਦਾ ਜੀ ਇਹ ਕੋਈ ਨਵੀਂ ਗੱਲ ਨਹੀਂ ਹੈ ਕੋਈ ਵੀ ਚੀਜ਼ ਜੇ ਮੰਨ ਲਓ ਵੀ ਬਾਹਰ ਨਹੀਂ ਕਲੀਅਰ ਹੋ ਰਹੀ ਤੇ ਉਹਦੇ ਨਾਲ 5-7 ਚੀਜ਼ਾਂ ਹੋਰ ਲਾ ਕੇ ਜੋੜ ਦਿੱਤੀਆਂ ਨੇ ਚਿੱਠੀ ਚਾਹ ਹੈ ਚਿੱਠੀ ਚਾਹ ਹੈ ਜਿੱਦਾਂ ਹੁਣ ਕੱਲ ਪਰਸੋਂ ਦਾ ਕੱਲ ਦਾ ਯੂਨ ਜਿਆਦਾ ਜ਼ੋਰ ਫੜ ਗਈ ਇਹ ਚੀਜ਼ ਕਿ ਲਓ ਜੀ ਚਿੱਠੀ ਦੇ ਵਿੱਚ ਤੇ ਉਸ ਸਮੇਂ ਦੇ ਦੋ ਜਿਹੜੇ ਸ਼ਖਸੀ ਕਿ ਉਹਨਾਂ ਦਾ ਨਾਮ ਲਿਆ ਗਿਆ ਜੇ ਸਰਕਾਰ ਵਾਲੇ ਪਾਸੋਂ ਗੱਲ ਕੀਤੀ ਜਾਵੇ ਤੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਉਹ ਵੀ ਦੁਨੀਆ 'ਚ ਹੈ ਨਹੀਂ ਤੇ ਜੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੀ ਗੱਲ ਕਰੀਏ ਤੇ ਉਤਾਰ ਸਿੰਘ ਮੱਕੜ ਸਾਹਿਬ ਉਹ ਵੀ ਦੁਨੀਆ 'ਚ ਹੈ ਨਹੀਂ ਹੁਣ ਜੇ ਇਹ ਮੰਨ ਲਓ ਅਫਵਾਹ ਜ਼ੋਰ ਫੜ ਗਈ ਹਾਲਾਂਕਿ ਕਿਸੇ ਨੂੰ ਨਹੀਂ ਪਤਾ ਕਿ ਉਹਦੇ ਵਿੱਚ ਕੀ ਹੈ ਤੇ ਜੇ ਮੰਨ ਲਓ ਚਰਚਾ ਇਸੇ ਤਰ੍ਹਾਂ ਦੇ ਬੋਧਾ ਕਰਕੇ ਦੁਨੀਆ ਭਰ ਚ ਬੈਠੀ ਸਿੱਖ ਸੰਗਤ ਨੇ ਏਸੀ ਅਫਵਾਹ ਨੂੰ ਸੱਚ ਮੰਨ ਲਿਆ ਜੇ ਇਹ 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 ਫਾ ਆ ਤੇ ਫਿਰ ਤੁਸੀਂ ਆਪ ਸੋਚੋ ਕਿ ਕੱਲ ਨੂੰ ਉਹ ਜਿਹੜੀ ਚੀਜ਼ ਕਿਸੇ ਮੁੱਦੇ ਨੂੰ ਨਵੇੜਨ ਦੇ ਲਈ ਨਿਜਠਣ ਦੇ ਲਈ ਕੀ ਗੱਲ ਤੁਰੀ ਹੋਵੇ ਤੇ ਉਹ ਇੱਕ ਵੱਖਰੀ ਕੌਂਟਰੋਵਰਸੀ ਕ੍ਰੀਏਟ ਕਰ ਦੇਵੇ ਸੰਧਾਲੀਆ ਸਭ ਕਿਉਂਕਿ ਇਹ ਤਖਤ ਸਹਿਬਾਨਾਂ ਦਾ ਮੁੱਦਾ ਚਿੱਠੀਆਂ ਬੰਦ ਲਫਾਫੇ ਚ ਨੇ ਅਸੀਂ ਇਸ ਗੱਲ ਦੀ ਪੂਰਾ ਪੁਸ਼ਟੀ ਨਹੀਂ ਕਰਦੇ ਕਿ ਉਹਦੇ ਵਿੱਚ ਕਿਸੇ ਦਾ ਨਾਮ ਲਿਆ ਗਿਆ ਅਸੀਂ ਇਧਰਲੇ ਪਾਸੇ ਟਰਨਾਬ ਨਹੀਂ ਚਾਹੁੰਦੇ ਤੇ ਨਾ ਇਸ ਅਫਵਾਹ ਨੂੰ ਹੋਰ ਵਧਾਉਣਾ ਚਾਹੁੰਦੇ ਆ ਇਸ ਕਰਕੇ ਉਹ ਤਾਂ ਜਦੋਂ ਚਿੱਠੀਆਂ ਖੁੱਲਣਗੀਆਂ ਉਦੋਂ ਦੀ ਗੱਲ ਹੈ ਦੂਸਰਾ ਮੈਨੂੰ ਲੱਗਦਾ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਇਹ ਤਾਂ ਠੀਕ ਕੀਤਾ ਕਿ ਉਹਨਾਂ ਨੇ ਸਪਸ਼ਟੀਕਰਨ ਲਿਖਤੀ ਦਿੱਤਾ ਇਹ ਵੀ ਠੀਕ ਕੀਤਾ ਕਿ ਬਾਹਰ ਆ ਕੇ ਪੱਤਰਕਾਰਾਂ ਨਾਲ ਗੱਲ ਨਹੀਂ ਕੀਤੀ ਕਿਉਂਕਿ ਜਿਹੜੀ ਗੱਲ ਚਲੇ ਈਸ਼ਰੀ ਅਕਾਲ ਤੱਕ ਸਾਬ ਦੇ ਕੋਲੇ ਗਈ ਹੈ ਉੱਥੇ ਕੋਈ ਵਿਅਕਤੀ ਵਿਸ਼ੇਸ਼ ਖਾਸ ਤੌਰ ਦੇ ਉੱਤੇ ਉਹ ਵਿਅਕਤੀ ਵਿਸ਼ੇਸ਼ ਜਿਸ ਤੋਂ ਸਪਸ਼ਟਕਰਨ ਮੰਗਿਆ ਗਿਆ ਉਹ ਬੰਦਾ ਬਾਹਰ ਆ ਕੇ ਕਹੇ ਜੀ ਉੱਥੇ ਆ ਹੋਇਆ ਸੀ ਉਹ ਠੀਕ ਨਹੀਂ ਫਿਰ ਤਾਂ ਕਚਹਿਰੀਆਂ ਦੋ ਲੱਗਣਗੀਆਂ ਨਾ ਉਹਨਾਂ ਨੇ ਠੀਕ ਕੀਤਾ ਬਾਕੀ ਆ ਹੁਣ ਜਿੰਨੀਆਂ ਵੀ ਚਰਚਾਵਾਂ ਨੇ ਚਿੱਠੀਆਂ ਜਨਤਕ ਕਰਨ ਦੀ ਇਹ ਜਥੇਦਾਰ ਸਹਿਬਾਨ ਦੇ ਵਿਹੜੇ ਦੇ ਵਿੱਚ ਨੇ ਇਹ ਫੈਸਲਾ ਉਹਨਾਂ ਨੇ ਲੈਣਾ ਇਹ ਫੈਸਲਾ ਉਹਨਾਂ ਨੇ ਇਹ ਸਾਰਾ ਕੁਝ ਵੇਖਦਿਆਂ ਲੈਣਾ ਕਿ ਸੰਗਤ ਕੀ ਚਾਹੁੰਦੀ ਆ ਆਖਰਕਾਰ ਤਾਂ ਸਭ ਤੋਂ ਮਹਾਨ ਤਾਂ ਸੰਗਤ ਹੀ ਆ ਨਾ ਕਿ ਜੇ ਸੰਗਤ ਲੱਗਦਾ ਕਿ ਚੌਂਦੀ ਆ ਸੰਗਤ ਕੇ ਪਾਈ ਇਧਰਲੇ ਪਾਸੇ ਨੂੰ ਗੱਲ ਤੁਰੇ ਸੰਗਤ ਨੂੰ ਪਤਾ ਲੱਗੇ ਕਿ ਕਿਹੜੇ ਬੰਦੇ ਨੇ ਕੀ ਲਿਖ ਕੇ ਦਿੱਤਾ ਕਿਉਂਕਿ ਜੇ ਅਜੇ ਵੀ ਦੱਬ ਘੋਟ ਕੇ ਗੱਲ ਅੱਗੇ ਤੋਰ ਦਿੱਤੀ ਨਾ ਨੁਕਸਾਨ ਪਹਿਲਾਂ ਵੀ ਬਹੁਤ ਹੋ ਗਿਆ ਨੁਕਸਾਨ ਅੱਗੋਂ ਵੀ ਬਹੁਤ ਹੋ ਜਾਣਾ ਤੇ ਉਦੀ ਪਰਪਾਈ ਨਹੀਂ ਫਿਰ ਕਰ ਹੋਣੀ ਸਣੀ ਗੱਲ ਠੀਕ ਹੈ ਚਲੋ ਆਪਾਂ ਕੋਲ ਮਿਲਾ ਕੇ ਸਾਰੇ ਕੁੱਝ ਨੂੰ ਜਿੱਦਾਂ ਹੈ ਜੇ ਸੀ ਉਸ ਤਰ੍ਹਾਂ ਆਪ ਜੀ ਦੀ ਕਚਹਿਰੀ ਚ ਖਬਰ ਰੱਖ ਦਿੱਤੀ ਕਿ ਡਿਮਾਂਡ ਕੀ ਆ ਮੰਗ ਕੀ ਆ ਹੋ ਕੀ ਰਿਹਾ ਤੇ ਨਾਲ ਅਫਵਾਹਾਂ ਵੀ ਹੋਦੀਆਂ ਨੇ ਇਹਦੇ ਵਿੱਚੋਂ ਸਚਾਈ ਕੀ ਆ ਸੱਚ ਕੀ ਆ ਇਹਦਾ ਫੈਸਲਾ ਜਹਦਾਰ ਸਾਹਿਬ ਨੇ ਕਰਨਾ ਔਰ ਉਹਨਾਂ ਵੱਲੋਂ ਜਦ ਤੱਕ ਇਕਤਰਤਾ ਨਹੀਂ ਕੀਤੀ ਜਾਂਦੀ ਜਾਂ ਕੋਈ ਨਵਾਂ ਫੈਸਲਾ ਨਹੀਂ ਸੁਣਾਇਆ ਜਾਂਦਾ ਉਨੀ ਦੇਰ ਤੱਕ ਇਹ ਜਿੰਨਾ ਕੁਛ ਹੈ ਸਿਰਫ ਖਵਾਈ ਬਿਆਨ ਨੇ ਸੋ ਇਹ ਇਹਦੇ ਤੇ ਕੋਈ ਇਹ ਨਾ ਕਵੇ ਵੀ ਯਾਰ ਫਲਾਣੇ ਥਾਂ ਤੋਂ ਮੈਨੂੰ ਕਲੈਰਿਟੀ ਆ ਗਈ ਐਸ ਥਾਂ ਤੋਂ ਕਲੈਰਿਟੀ ਆ ਗਈ ਉਹ ਜਿੰਨਾ ਕੋ ਮਰਜ਼ੀ ਕਲੈਰਿਟੀਆਂ ਕਰਨ ਦੀ ਕੋਸ਼ਿਸ਼ ਕਰੀ ਜਾਵੇ ਉਹ ਜਦਾਂ WhatsApp ਨੇ ਕਿਹਾ ਕਿ ਵੀ ਜਿਸ ਕਚਹਿਰੀ ਦੇ ਵਿੱਚ ਉਹ ਇਸ ਵਕਤ ਮੁੱਦਾ ਹੈ ਉਸ ਕਚਹਿਰੀ ਵਾਲੇ ਪਾਸੋਂ ਜਦੋਂ ਕੋਈ ਅਗਲਾ ਸੁਣਿਆ ਜਾਂ ਅਗਲਾ ਕੋਈ ਐਲਾਨ ਹੁਕਮਨਾਮਾ ਆਉਂਦਾ ਉਹਦੇ ਤੋਂ ਬਾਅਦ ਜਿਹੜੀ ਉਹ ਕਲੈਰਿਟੀ ਹੋਣੀ ਇੱਕ ਨਸੰਦਾਲੀਆਂ ਸਭ ਹੋਰ ਵੀ ਇੱਥੇ ਗੱਲ ਜਿਹੜੀ ਹੈ ਉਹ ਬਹੁਤ ਜ਼ਿਆਦਾ ਚਰਚਾ ਕਿ ਜੀ ਅਸੀਂ 7-8 ਸਾਲ ਅੱਗੇ ਕੱਢ ਲਏ 7-8 ਸਾਲ ਕੱਢ ਹੀ ਲੈਣਾ ਅੱਗੇ ਕੋਦੋਂ ਦੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਦਨੀਆਂ ਘਟਾਮ ਹੋ ਰਹੀਆਂ 2007-8 ਦਾ ਉਹ ਮਸਲਾ ਸਵਾੰਗ ਰਚਣ ਦਾ ਉਦੋਂ ਤੱਕ ਤੇ ਵੀ ਅਸੀਂ ਹੁਣ 15 ਦਿਨ ਹੋਰ ਕੱਢ ਲਈਏ ਹਾਂ ਆ ਜਿਹੜੀਆਂ ਅਫਵਾਹਾਂ ਫਲਾਉਣ ਨਾ ਕਿ ਉਹਦੇ ਵਿੱਚ ਆ ਹੋ ਗਿਆ ਜੀ ਆ ਹੋ ਗਿਆ ਜੀ ਪਤਾ ਨਹੀਂ ਇਹਦਾ ਨਾਂ ਦਿੱਤਾ ਹੋਊਗਾ ਉਹਦਾ 10 ਦਿਨ ਲੱਗਣਗੇ 15 ਲੱਗਣਗੇ ਇਹਦੇ ਤੋਂ ਵੱਧ ਸਮਾਂ ਨਹੀਂ ਲੱਗਣ ਲੱਗਾ ਪੰਜ ਸਿੰਘ ਸਹਿਬਾਨਾਂ ਦੀ ਬੈਠਕ ਹੋ ਜਾਣੀ ਹੈ ਉਹਦੇ ਵਿੱਚੋਂ ਗੱਲ ਕਲੀਅਰ ਹੋ ਜਾਣੀ ਹੈ ਵੈਸੇ ਵੀ ਜੇ ਸੰਗਤ ਨੂੰ ਪ੍ਰਵਾਨਨਾ ਨਾ ਹੋਵੇ ਪਿਛਲੀ ਵਾਰ ਵੀ ਤਾਂ ਫੈਸਲਾ ਹੋਇਆ ਸੀ ਚੱਬਾਪਿੰਡ ਦਾ ਸਰਬੱਤ ਖਾਲਸਾ ਉਹਦੇ ਤੋਂ ਬਾਅਦ ਹੀ ਹੋਇਆ ਸਿੰਘ ਸਹਿਬਾਨਾਂ ਨੂੰ ਵੀ ਆਪਣਾ ਫੈਸਲਾ ਜਿਹੜਾ ਵਾਪਸ ਲੈਣਾ ਪਿਆ ਸੀ ਸੰਗਤ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਕੋਈ ਵੀ ਧਿਰ ਜਿਹੜੀ ਇਸ ਲਈ ਇਸ ਸਥਿਤੀ ਦੇ ਵਿੱਚ ਨਹੀਂ ਕਿ ਉਹ ਇਹ ਗੱਲ ਦੇ ਉੱਤੇ ਪੱਕੀ ਹੋ ਸਕੇ ਕਿ ਜੋ ਅਸੀਂ ਕਰ ਦਿੱਤਾ ਕਰ ਦਿੱਤਾ ਸੰਗਤ ਦੇ ਦਬਾਅ ਦੇ ਕਰਕੇ ਸੰਗਤ ਦੇ ਰੋਧ ਦੇ ਕਰਕੇ ਸੰਗਤ ਦੇ ਪ੍ਰਤੀਕਰਮ ਦੇ ਕਰਕੇ ਜਥੇਦਾਰ ਸਹਿਬਾਨ ਨੂੰ ਵੀ ਆਪਣਾ ਫੈਸਲਾ ਜਿਹੜਾ ਉਹ ਪਿਛਲੀ ਵਾਰ ਬਦਲਣਾ ਪਿਆ ਸੀ ਅਸੀਂ ਨਹੀਂ ਚਾਹੁੰਦੇ ਕਿ ਦੁਬਾਰਾ ਕਦੇ ਉਦਾਂ ਦਾ ਮਾਹੌਲ ਉਦਾਂ ਦੀ ਸਥਿਤੀ ਉਦਾਂ ਦਾ ਵਾਤਾਵਰਣ ਕਦੇ ਪੈਦਾ ਹੋਵੇ ਐਤਕੀ ਦਾ ਫੈਸਲਾ ਇਤਿਹਾਸਕ ਹੋ ਸਕਦਾ ਚਲੋ ਜਦ ਤੱਕ ਉਹ ਫੈਸਲਾ ਆਉਂਦਾ ਉਹਦੇ ਤੋਂ ਪਹਿਲਾਂ ਜਿਹੜੀ ਚਰਚਾ ਹੁਣ ਮਰੇਖਾ ਦੋਕ ਦਿਨ ਗਰਮ ਰਹਿਣੀ ਆ ਆਪਾਂ ਉਹਦਾ ਜ਼ਿਕਰ ਕਰ ਲੈਨੇ ਆ ਉਹਨਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਾਹਿਬ ਕਿਉਂਕਿ ਮੈਂਬਰ ਪਾਰਲੀਮੈਂਟ ਬਣੇ ਨੇ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਜਦੋਂ ਪਹਿਲੀ ਵਾਰ ਉਹਨਾਂ ਨੂੰ ਉੱਥੇ ਬੋਲਣ ਦਾ ਮੌਕਾ ਮਿਲਿਆ ਤੇ ਮਨ ਲੱਗਦਾ ਜਿਸ ਤਰ੍ਹਾਂ ਦੀ ਤਿਆਰੀ ਹੋਮਵਰਕ ਕਰਕੇ ਉਹ ਲੈ ਕੇ ਗਏ ਸੀ ਉਹ ਨਜ਼ਰ ਤੇ ਆਉਂਦਾ ਸੀ ਕਿਉਂਕਿ ਪਰਚੇ ਦੇ ਉੱਪਰ ਮੇਰਾ ਖਿਆਲ ਕੱਲਾ ਕੱਲਾ ਮੁੱਦਾ ਉਹਨਾਂ ਨੇ ਲਿਖਿਆ ਸੀ ਉਹਦੇ ਵਿੱਚ ਉਹਨਾਂ ਨੇ ਆਪਣੀਆਂ ਸਟੋਰੀਆਂ ਉਹਨਾਂ ਦੇ ਵਿੱਚ ਆਪਣੇ ਤੱਥ ਉਹ ਸਾਰਾ ਕੁਝ ਵੀ ਐਡ ਕੀਤਾ ਖਾਸ ਕਰਕੇ ਜਦਾਂ ਤੁਸੀਂ ਦੇਖੋ ਵੀ ਕਦੋਂ ਦੀ ਸਰਕਾਰ ਸਰਦਾਰ ਰਮਨ ਸਿੰਘ ਹਰਾਂ ਦੀ ਗਈ 10 ਸਾਲ ਤੇ ਇਹਨਾਂ ਦੇ ਲੰਘੇ 10 ਸਾਲ ਉਹ ਤੋਂ ਪਹਿਲਾਂ ਸਰਕਾਰ ਰਹੀ ਸੀ ਵੀ ਉਦੋਂ ਪੈਟਰੋਲ ਦਾ ਰੇਟ ਆ ਹੁੰਦਾ ਸੀ ਜੀ ਡੀਜ਼ਲ ਦਾ ਰੇਟ ਆ ਹੁੰਦਾ ਸੀ ਤੁਹਾਡੀ ਵਾਰ ਪੈਟਰੋਲ ਦਾ ਰੇਟ ਆ ਹੋ ਗਿਆ ਡੀਜ਼ਲ ਦਾ ਰੇਟ ਆ ਹੋ ਗਿਆ ਜਦ ਕਿ ਉਦੋਂ ਕਰੂਡ ਆਇਲ ਇੰਨੇ ਦਾ ਸੀਗਾ ਤੁਹਾਡੀ ਵਾਰ ਕਰੂਡ ਆਇਲ ਇੰਨਾ ਸਸਤਾ ਹੋ ਗਿਆ ਫਿਰ ਵੀ ਫਿਰ ਜਿਹੜੀ ਅਗਲੀ ਚਰਚਾ ਮੈਨੂੰ ਲੱਗਦਾ ਉਹ ਜ਼ਿਆਦਾ ਵਧੀਆ ਸੀ ਕਹਿੰਦੇ ਮੈਂ 에ਰਪੋਰਟ ਤੇ ਗਿਆ 에ਰਪੋਰਟ ਤੇ ਬੰਦਾ ਇੱਕ ਮੇਰਾ ਸਵਾਗਤ ਕਰਨ ਆ ਗਿਆ ਮੈਂ ਕਿਹਾ ਜੀ ਸਵਾਗਤ ਤੇ ਹੈਗਾ ਪਰ ਤੁਸੀਂ ਕੌਣ ਕਹਿੰਦਾ ਜੀ ਮੈਂ ਅਡਾਨੀ ਹੁਣ ਅਡਾਨੀ ਹੁਣਾ ਦਾ ਨਾਮ ਇਨਡਾਇਰੈਕਟ ਵੀ ਨਾ ਲੈ ਲਿਆ ਇਹ ਕਹਿੰਦਾ ਜੀ ਉਦੋਂ ਬਾਅਦ ਮੜ ਕੇ ਮੈਂ ਜਾਂਚ ਚੜਨ ਲੱਗਾ ਉੱਥੇ ਫੇਮ ਨੂੰ ਗੁਲਦਸਤਾ ਦੇਤਾ ਮੈਂ ਜੀ ਹੁਣ ਕਾਹਦਾ ਕਹਿੰਦੇ ਜੀ ਇਹ ਹੁਣ 에ਰਲਾਈਨ ਸੀ ਇਹ ਵੀ ਹੁਣ ਸਾਡੀ ਹੋ ਗਈ ਜੀ ਅਸੀਂ ਖਰੀਦ ਲਈ ਤੇ ਇਸ ਕਹਾਣੀ ਦੇ ਵਿੱਚੋਂ ਸਵਾਲ ਫਿਰ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਪੁੱਛ ਲਿਆ ਵੀ ਮਾਰਾ ਦੀ ਗੱਲ ਇਹ ਆ ਵੀ ਇਹ ਸਾਰਾ ਕੁਝ ਤੁਸੀਂ ਹੌਲੀ-ਹੌਲੀ ਦੇਸ਼ ਦਾ ਜਿਹੜਾ ਹੈ ਜਾਂ ਜਿਹੜੀ ਦੇਸ਼ ਦੀ ਪ੍ਰਾਪਰਟੀ ਸੀ ਉਹ ਕੰਪਨੀਆਂ ਨੂੰ ਵੇਚੀ ਜਾਣੀ ਤੇ ਜੇ ਦੇਸ਼ ਇਸੇ ਤਰ੍ਹਾਂ ਲੁੱਟਾਈ ਜਾਣਾ ਤੇ ਫਿਰ ਹੱਲ ਕਿੱਥੇ ਜਾ ਕੇ ਹੋਗਾ ਸੋ ਇਹ ਜਿਹੜਾ ਹੁਣ ਤੱਕ ਦੀ ਮੇਰੇ ਖਿਆਲ ਇਦੋਂ ਤੱਕ ਦੀ ਚਰਚਾ ਸੀ ਉਹਦੇ ਤੇ ਜਾਦਾ ਸੀ ਵੀ ਚੰਨੀ ਚੰਨੀ ਸਾਹਿਬ ਚੰਗੀ ਬੈਟਿੰਗ ਕਰ ਰਹੇ ਹੋਣਾ ਨਾ ਵੀ ਕੋਈ ਪਲੇਅਰ ਚੱਲ ਜਾਂਦਾ ਦੇ ਚੌਕਾ ਦੇ ਛੱਕਾ ਉਹ ਸਾਰਾ ਕੁਝ ਚਲਦਿਆਂ ਚਲਦਿਆਂ ਅਖੀਰ ਜਦੋਂ ਉਹਨਾਂ ਨੇ ਬਿੱਟੂ ਸਾਹਿਬ ਦਾ ਜ਼ਿਕਰ ਕਰ ਲਿਆ ਤੇ ਉਹਦੇ ਵਿੱਚ ਜਿਹੜੇ ਉਹ ਉਹਨਾਂ ਦੇ ਦਾਦਾ ਜੀ ਉਦੋਂ ਦੇ ਮੁੱਖ ਮੰਤਰੀ ਸਰਦਾਰ ਬੈਂਸ ਸਿੰਘ ਖੁਰਾ ਦਾ ਜ਼ਿਕਰ ਕਰ ਲਿਆ ਤੇ ਉਹਦੇ ਤੋਂ ਬਾਅਦ ਫਿਰ ਜਿਸ ਤਰ੍ਹਾਂ ਲੜਾਈ ਹੋਈ ਜਾਂ ਕਹ ਲਓ ਕਿ ਇੱਕ ਦੂਸਰੇ ਉੱਲ ਵਧੇ ਹੋ ਬੰਦੇ ਉਹਦੇ ਤੋਂ ਬਾਅਦ ਉਹ ਇਦਾਂ ਨਹੀਂ ਲੱਗਦਾ ਵੀ ਜਦਾਂ ਅਚਾਨਕ ਖਬਰ ਆਉਂਦੀ ਹੁੰਦੀ ਵੀ ਮਾਲ ਗੱਡੀ ਦੇ ਦੋ ਡੱਬੇ ਲੀ ਨੂੰ ਲੱਥੇ ਜਿਹੜਾ ਸੰਧਾਲਿਆ ਸਭ ਪਰਲਾ ਮਸਲਾ ਹੈ ਨਾ ਅੜਾਨੀ ਹੁੜਾ ਵਾਲਾ ਕਿ ਕਿਹੜੇ ਕਾਰੋਬਾਰ ਕਿਹੜੇ ਬੰਦੇ ਕਦੋਂ ਲੈ ਗਏ ਉਹ ਤਾਂ ਇੱਕ ਵੱਖਰਾ ਹੀ ਮਸਲਾ ਹੈ ਨਾ ਉਸ ਮਸਲੇ ਦੇ ਉੱਤੇ ਤਾਂ ਇਹਨਾਂ ਲੀਡਰਾਂ ਨੂੰ ਚਾਹੇ ਕਿਸੇ ਸਿਆਸੀ ਪਾਰਟੀ ਦੇ ਉਹਨਾਂ ਨੂੰ ਚੇਤਾ ਹੀ ਹੋਣਾ ਆਉਂਦਾ ਕਿ ਭਾਈ ਅਸੀਂ ਆਹ ਕੰਮ ਜਿਹੜਾ ਉਹ ਕਰਨਾ ਇਹ ਤਾਂ ਬਹੁਤ ਪਹਿਲਾਂ ਦਾ ਕਰਨਾ ਬਣਦਾ ਸੀ। ਜ਼ਰੂਰੀ ਨਹੀਂ ਹੁੰਦਾ ਕਿ ਪਾਰਲੀਮੈਂਟ ਦੇ ਅੰਦਰ ਹੀ ਹੋਣਾ ਪਾਰਲੀਮੈਂਟ ਦੇ ਬਾਹਰ ਵੀ ਹੋ ਸਕਦਾ ਹੁੰਦਾ। ਚੀਫ ਮਿਨਿਸਟਰ ਰਹੇ ਨੇ ਚੰਨੀ ਸਾਹਿਬ ਉਦੋਂ ਇਸ ਮੁੱਦੇ ਦੇ ਉੱਤੇ ਕਿੰਨਾ ਕੁ ਬੋਲਿਆ ਚੱਲਿਆ ਗਿਆ ਉਹ ਵੀ ਕਿਤੇ ਨਾ ਕਿਤੇ ਸਾਰਾ ਕੁਝ ਜੋੜ ਕੇ ਇੱਕ ਥਾਂ ਤੇ ਇਕੱਠੇ ਕਰਕੇ ਲਪੇਟ ਕੇ ਰੱਖਣ ਦੀ ਲੋੜ ਹੈ। ਹੁਣ ਜਦੋਂ ਉਹਨਾਂ ਨੇ ਉੱਥੇ ਐਨਐਸਏ ਦੀ ਗੱਲ ਕਰ ਦਿੱਤੀ ਸੀ ਕਿ ਨੈਸ਼ਨਲ ਸਿਕਿਉਰਿਟੀ ਐਕਟ ਲਾ ਕੇ ਕਿਸਾਨ ਅੰਦਰ ਕਰ ਦਿੱਤੇ ਗਏ। ਉਹਨਾਂ ਨੇ ਅਮਰਤਪਾਲ ਸਿੰਘ ਹੋਰਾਂ ਦਾ ਜ਼ਿਕਰ ਕੀਤਾ ਉਥੇ ਵੀ ਜ਼ਿਕਰ ਚੱਲਿਆ ਕਿ ਦੇਖੋ ਜੀ 20 ਲੱਖ ਲੋਕਾਂ ਦਾ ਪ੍ਰਤੀਨਿਧ ਬੰਦਾ ਹੋਵੇ ਤੁਹਾਨੂੰ ਆਪਣੀ ਗੱਲ ਰੱਖਣ ਦਾ ਮੌਕਾ ਨਾ ਮਿਲੇ ਜਾਂ ਛੱਡਣਾ ਚਾਹੀਦਾ ਇਦਾਂ ਦੀ ਗੱਲ ਮੈਨੂੰ ਲੱਗਦਾ ਕਿ ਜ਼ਿਆਦਾ ਰਵਨੀਤ ਬਿੱਟੂ ਹੋਰੀ ਇਸ ਗੱਲ ਤੋਂ ਵੀ ਪੜ ਕੇ ਹੁਣ ਤੁਸੀਂ ਦੇਖੋ ਕਿ ਇੱਕ ਬੰਦਾ ਪੰਜਾਬ ਦਾ ਮੁੱਖ ਮੰਤਰੀ ਰਹਿ ਚੁੱਕਿਆ ਤੇ ਪੌਣੇ 2 ਲੱਖ ਵੋਟਾਂ ਨੇ ਜਿੱਤੇ ਆ ਉਹ ਵੀ ਪਾਰਲੀਮੈਂਟ ਦੇ ਵਿੱਚ ਐ ਬਿੱਟੂ ਸਾਹਿਬ ਪਾਰਲੀਮੈਂਟ ਦੀ ਚੋਣ ਹਾਰ ਗਿਆ ਸੀ ਪਰ ਮੰਤਰੀ ਬਣਾ ਦਿੱਤੇ ਇਸ ਕਰਕੇ ਉਹ ਵੀ ਪਾਰਲੀਮੈਂਟ ਦੇ ਵਿੱਚ ਮੈਨੂੰ ਇਹ ਸੀ ਕਿ ਹੋ ਸਕਦਾ ਕਿਸੇ ਸੱਜਣ ਨੂੰ ਇਹ ਲੱਗੇ ਕਿ ਚੰਨੀ ਸਾਹਿਬ ਤਾਂ ਤਾਂ ਉੱਥੇ ਸੀ ਕੈਂਪੀ ਨੇ ਰਵਨੀਤ ਬਿੱਟੂ ਹੋਰ ਇਹ ਸੇ ਕੀ ਕਰਦੇ ਸੀ ਭਾਈ ਅਗਲਿਆਂ ਨੂੰ ਕੇਂਦਰ ਸਰਕਾਰ ਨੇ ਮੰਤਰੀ ਬਣਾਇਆ ਤੇ ਉਹਨਾਂ ਦੇ ਲਈ ਤਾਂ ਕੁਰਸੀਆਂ ਚੁਣੇ ਗਏ ਲੋਕਾਂ ਤੋਂ ਵੀ ਪਹਿਲਾਂ ਲੱਗੀਆਂ ਹੁੰਦੀਆਂ ਕਿ ਭਾਈ ਤੁਸੀਂ ਉੱਥੇ ਬਹਿਣਾ ਹੁਣ ਕਾਂਗਰਸ ਨੇ ਇੱਕ ਤਾਂ ਇਤਰਾਜ਼ ਇਹ ਦਰਜ ਕਰਾਇਆ ਕਿ ਦੇਖੋ ਜੀ ਬਿੱਟੂ ਸਾਹਿਬ ਭੱਜ ਕੇ ਆ ਕੇ ਤਾਂ ਕੁਰਸੀ ਕੋਲ ਆਏ ਚੰਨੀ ਸਾਹਿਬ ਦੀ ਕੁਰਸੀ ਦੇ ਕੋਲੇ ਇਹ ਠੀਕ ਨਹੀਂ ਸਪੀਕਰ ਨੂੰ ਇਤਰਾਜ਼ ਦਰਜ ਕਰਾਇਆ ਉਹਨਾਂ ਨੇ ਪਰ ਦੂਸਰੇ ਪਾਸੇ ਚੰਨੀ ਸਾਹਿਬ ਦੀ ਇਹ ਗੱਲ ਕਿ ਅਮਰਪਾਲ ਨੂੰ ਛੜਨਾ ਚਾਹੀਦਾ ਕਿਉਂਕਿ ਬਿੱਟੂ ਹਰੀ ਕਹਿੰਦੇ ਸੀ ਕਿ ਦੱਸੋ ਕਿਹੜੇ ਕਿਸਾਨ ਨੇ ਉਹ ਕਿਸਾਨਾਂ ਦੇ ਉੱਤੇ ਤੁਸੀਂ ਕਹਿੰਦੇ ਕਿ ਐਨਐਸਐਲ ਆਏ ਦੱਸੋ ਕਿਹੜੇ ਕਿਸਾਨ ਜੈ ਰਾਮ ਰਮੇਸ਼ ਕਾਂਗਰਸ ਪਾਰਟੀ ਦੇ ਬੜੇ ਵੱਡੇ ਲੀਡਰ ਨੇ ਉਹਨਾਂ ਨੇ ਜਦੋਂ ਪਾਰਲੀਮੈਂਟ ਦੀ ਕਾਰਵਾਈ ਖਤਮ ਹੋ ਗਈ ਜਦੋਂ ਇਹ ਚਰਚਾ ਚੱਲ ਪਈ ਕਿ ਭਾਈ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਅਮਰਪਾਲ ਸਿੰਘ ਹੋਰਾਂ ਦੀ ਰਿਹਾਈ ਦੀ ਮੰਗ ਕਰ ਰਹੀ ਹੈ ਔਰ ਰਿਕਾਰਡ ਉਹਨਾਂ ਨੇ ਟਵੀਟ ਕਰ ਦਿੱਤਾ ਉਹ ਕਹਿੰਦੇ ਚਰਨਜੀਤ ਸਿੰਘ ਚੰਨੀ ਦੀ ਨਿੱਜੀ رائے ਹੋ ਸਕਦੀ ਹੈ ਉਹ ਸਾਡੀ ਪਾਰਟੀ ਦਾ ਸਟੈਂਡ ਨਹੀਂ ਹੈ ਜਾਣੀ ਕੁਝ ਘੰਟਿਆਂ ਦੇ ਵਿੱਚ ਵਿੱਚ ਹੀ ਕਾਂਗਰਸ ਪਾਰਟੀ ਨੂੰ ਇਹ ਕਲੀਅਰ ਕਰਨਾ ਪਿਆ ਕਿ ਜੇ ਸਾਡਾ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚੰਜੀ ਸਿੰਘ ਚੰਨੀ ਔਨ ਰਿਕਾਰਡ ਅਮਰਿਤਪਾਲ ਸਿੰਘ ਹੋਰਾਂ ਦੇ ਲਈ ਕੁਝ ਹਮਦਰਦੀ ਵਾਲੇ ਸ਼ਬਦ ਬੋਲ ਰਹੇ ਆ ਜਾਂ ਉਹਨਾਂ ਦੀ ਰਿਹਾਈ ਦੀ ਮੰਗ ਕਰ ਰਹੇ ਸਾਡੀ ਪਾਰਟੀ ਦਾ ਸਟੈਂਡ ਕਹਿੰਦੇ ਕੋਈ ਨਹੀਂ ਹਾਲਾਂਕਿ ਜੈਰਾਮ ਰਮੇਸ਼ ਹੋਰਾਂ ਨੇ ਹੁਣ ਪੋਚਾ ਲਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਚੰਨੀ ਸਾਹਿਬ ਨੂੰ ਟਾਈਮ ਕਾਂਗਰਸ ਪਾਰਟੀ ਦੇ ਟਾਈਮ ਤੋਂ ਮਿਲਿਆ ਸੀ ਹੂੰ ਯਾਨੀ ਇਹ ਨਹੀਂ ਹੈ ਕਿ ਚੰਨੀ ਸਾਹਿਬ ਨੂੰ ਇੰਡੀਵਿਜੂਅਲ ਕਿਤੇ ਟਾਈਮ ਮਿਲ ਗਿਆ ਕਿ ਮੈਂ ਭਾਈ ਆਜ਼ਾਦ ਉਮੀਦਵਾਰ ਦੇ ਤੌਰ ਦੇ ਉੱਤੇ ਜਿੱਤਿਆਂ ਆਜ਼ਾਦ ਐਮਪੀ ਆ ਤੇ ਮੈਨੂੰ ਮੇਰੇ ਹਿੱਸੇ ਦਾ ਬਣਦਾ ਸਮਾਂ ਦਿੱਤਾ ਜਾਵੇ ਨਾ ਉਹ ਸਮਾਂ ਕਾਂਗਰਸ ਦਾ ਸੀ ਕਾਂਗਰਸ ਦੇ ਸਮੇਂ ਦੇ ਵਿੱਚੋਂ ਉਹ ਬੋਲੇ ਆ ਤੇ ਮੈਨੂੰ ਲੱਗਦਾ ਹੈ ਕਿ ਇਹ ਜਿਹੜੀ ਰਿਹਾਈ ਦੀ ਉਹਨਾਂ ਨੇ ਮੰਗ ਕਰ ਲਈ ਆ ਸਿੱਧੇ ਸਿੱਧੇ ਰੂਪ ਦੇ ਵਿੱਚ ਕੀਤੀ ਤਾਂ ਇਸ ਕਰਕੇ ਉੱਗ ਗਈ ਕਿ ਭਾਵਨਾ ਭਾਈ ਲੋਕਾਂ ਦੀ ਲੋਕ ਕਿਹ ਕਰੀ ਫਿਰ ਜੁੜ ਜਾਣਗੇ ਕਿ ਭਾਈ ਚੰਨੀ ਸਾਹਿਬ ਨੇ ਆ ਕਰ ਦਿੱਤਾ ਪਰ ਦੂਜੇ ਪਾਸੇ ਕਾਂਗਰਸ ਪਾਰਟੀ ਦੇ ਵਿੱਚੋਂ ਅਡਾਨੀਆਂ ਦੀ ਗੱਲ ਕਰਕੇ ਅੰਬਾਨੀਆਂ ਦੀ ਗੱਲ ਕਰਕੇ ਜਿੰਨੇ ਕਿ ਨੰਬਰ ਬਣਾਏ ਸੀ ਉਹਨੇ ਕੋਣ ਨੇ ਮੈਨੂੰ ਡਾਊਨ ਵੀ ਕਰ ਲੈਣੇ ਨਹੀਂ ਜਿਆਦਾ ਹੀ ਡਾਊਨ ਹੋ ਗਏ ਨਾ ਕਿਉਂਕਿ ਤੁਸੀਂ ਦੇਖੋ ਕਿ ਮੇਰਾ ਖਿਆਲ ਉਹ ਪਾਰਲੀਮੈਂਟ ਤੋਂ ਬਾਹਰ ਅਜੇ ਨਿਕਲੇ ਸੀ ਤੇ ਆਪਣੇ ਵਾਲਾ ਭਾਈਚਾਰਾ ਮਾਈਕ ਲੈ ਖਲੋਤਾ ਹੁੰਦਾ ਜੀ ਉਹਨਾਂ ਪੁੱਛ ਲਈ ਚੰਨੀ ਸਾਹਿਬ ਹਾਂਜੀ ਕਿੱਦਾਂ ਜੀ ਮਤਲਬ ਉਹ ਕਹਿੰਦੇ ਦੇਖੋ ਮੈਂ ਗਰੀਬਾਂ ਦੀ ਗੱਲ ਕੀਤੀ ਮੈਂ ਕਿਸਾਨਾਂ ਦੀ ਗੱਲ ਕੀਤੀ ਦੇਸ਼ ਲੁੱਟਿਆ ਜਾ ਰਿਹਾ ਸਾਰਾ ਕੁਝ ਗਲਤ ਹੋ ਰਿਹਾ ਇਹਨੇ ਜਿਹਨੂੰ ਇੱਕ ਹੋਰ ਬੀਬੀ ਨੇ ਪੁੱਛ ਲਿਆ ਉਹ ਕਹਿੰਦੇ ਜੀ ਅਮਰਪਾਲ ਸਿੰਘ ਉਹਨੇ ਦੇ ਹੀ ਹਾਈ ਦੀ ਗੱਲ ਤੁਸੀਂ ਕੀਤੀ ਸੀ ਉਹਦੇ ਬਾਰੇ ਕੀ ਕਹਿਣਾ ਉਹ ਕਹਿੰਦੇ ਮੈਂ ਬੋਲ ਆ ਬੋਲ ਆ ਮੈਂ ਉੱਤੋਂ ਦੀ ਵੜਾਵਾਂ ਜਾਂ ਪਾ ਕੇ ਦੋ ਗੱਡੀ 'ਚ ਬੈ ਕੇ ਗਾ ਚੱਲ ਜੀ ਸੁਨੀਹਾ ਤਾਂ ਅੰਦਰ ਵੀ ਅਗਲੇ ਬੰਦੇ ਪਛਾਣਦੇ ਹੁੰਦੇ ਨੇ ਕਿ ਹੁਣ ਬੱਸ ਕਰਿਓ ਦੇਖੋ ਇੱਕ ਗੱਲ ਹੈ ਆਪਾਂ ਇੱਕ ਗੱਲ ਕਲੀਅਰ ਕਰ ਦਈਏ ਇਹਦੇ 'ਚ ਕੋਈ ਪਹਿਲੀ ਗੱਲ ਤੇ ਆਪਾਂ ਇਹ ਕਲੀਅਰ ਕਰ ਦਈਏ ਕਿ ਜੇ ਚਰਨਦੀਪ ਸਿੰਘ ਚੰਨੀ ਹੋਰਾਂ ਦੀ ਮੰਗ ਤੇ ਜਾਈਏ ਹੂੰ ਮੰਗੋ ਜਾਈਏ ਜੀ ਕਿਉਂਕਿ ਵੀ ਉਹ ਮੈਂਬਰ ਪਾਰਲੀਮੈਂਟ ਨੇ ਚੁਣੇ ਹੋਏ ਨੁਮਾਇੰਦੇ ਨੇ ਉਹਨਾਂ ਦੇ ਉੱਪਰ ਉਹ ਜੋ ਵੀ ਲੱਗਿਆ ਉਹਦੇ ਤੇ ਮੁੜ ਵਿਚਾਰ ਹੋਣਾ ਚਾਹੀਦਾ ਬੰਦਾ ਬਾਹਰ ਆਉਣਾ ਚਾਹੀ ਪਰ ਮੁਸ਼ਕਲੇ ਥੇ ਇਹਦਾ ਕਰਕੇ ਇਹ ਚੱਲ ਰਹੀ ਹੈ ਕਿ ਕਾਂਗਰਸ ਪਾਰਟੀ ਦੇ ਖਿਲਾਫ ਹੀ ਤੇ ਅਮਰਤਪਾਲ ਸਿੰਘ ਗੁਰੇ ਬੋਲਦੇ ਰਹੇ ਇੱਕ ਇੱਕ ਸੰਧਾਲੀ ਅਸਮ ਦੀ ਹੋਰ ਮਸਲਾ ਆ ਤੁਸੀਂ ਮੰਨ ਲਓ ਕਿ ਚਰਨਜੀਤ ਸਿੰਘ ਚੰਨੀ ਸਰਦਾਰ ਅਮਰਤਪਾਲ ਸਿੰਘ ਗੁਰੇ ਦੀ ਰਿਹਾਈ ਮੰਗਦੇ ਬਹੁਤ ਸਾਰੇ ਸੱਜਣ ਮੰਗਦੇ ਅਸੀਂ ਵੀ ਕਹਿੰਨੇ ਆ ਕਿ ਉਹ ਲੋਕਾਂ ਦੇ ਨੁਮਾਇੰਦੇ ਆ ਤੇ ਉਹਨਾਂ ਨੂੰ ਗੱਲ ਰੱਖਣ ਦਾ ਮੌਕਾ ਮਿਲਣਾ ਚਾਹੀਦਾ ਪਰ ਚੰਗਾ ਹੁੰਦਾ ਚੰਨੀ ਸਾਹਿਬ 98 ਆਪਣੇ ਕਾਂਗਰਸ ਪਾਰਟੀ ਦੇ ਹੋਰ ਮੈਂਬਰ ਪਾਰਲੀਮੈਂਟ ਨਾਲ ਮੀਟਿੰਗ ਕਰਦੇ ਉਹ ਰਾਹੁਲ ਗਾਂਧੀ ਸਾਹਿਬ ਦੇ ਕੰਨ ਦੇ ਵਿੱਚ ਫੂਕ ਮਾਰਦੇ ਪਹਿਲਾਂ ਦੇਖੋ ਜੀ ਸਾਡੇ ਇੱਧਾ ਪੰਜਾਬ ਦੇ 13 ਹਲਕੇ ਨੇ 13 ਦੇ ਵਿੱਚੋਂ ਇੱਕ ਹਲਕੇ ਤੋਂ ਸਾਡੇ ਮੈਂਬਰ ਪਾਰਲੀਮੈਂਟ ਜਿੱਤੇ ਆ ਉਹਨਾਂ ਦੇ ਉੱਤੇ ਐਨਐਸਏ ਲੱਗਿਆ ਤੇ ਮੇਰੀ ਦਲੀ ਇੱਛਾ ਉਹਨਾਂ ਨਾਲ ਤੱਕਾ ਹੋਇਆ ਤੇ ਆਪਾਂ ਉਹਨਾਂ ਨੂੰ ਛਡਾਉਣਾ ਥੋੜੇ 99 ਬੰਦੇ ਬੋਲਦੇ ਉੱਥੇ ਜੇ ਤੁਸੀਂ ਛਡਾਉਣਾ ਜੇ ਜਾਣੀ ਤੁਸੀਂ ਦਿਲੋਂ ਤੁਹਾਡੇ ਮਨ ਦੇ ਵਿੱਚ ਆ ਤੁਸੀਂ ਤਾਂ ਸਗੋਂ ਜਿਹੜੇ ਇੰਡੀਆ ਗੱਠਜੋੜ ਦੇ ਬਾਕੀ ਬੰਦੇ ਉਹਨਾਂ ਨਾਲ ਵੀ ਗੱਲ ਕਰਦੇ ਨਹੀਂ ਨਹੀਂ ਇਹ ਤਾਂ ਕਿਰ 11 ਕੰਮ ਉਹ ਬੀਜੇਪੀ ਦੇ ਇੱਕ ਲੀਡਰ ਉਹਨਾਂ ਤੋਂ ਮਨਾਵ ਪੁੱਲ ਗਿਆ ਪਰ ਉਹਨਾਂ ਨੇ ਬਕਾਇਦਾ ਵੀਡੀਓ ਪਿੱਛੇ ਕਮਲਦੇਵ ਫੋਲਾ ਵਾਲਾ ਪ੍ਰੋਪਰ ਲਾ ਕੇ ਫਲੈਕਸ ਉਹ ਕਹਿੰਦੇ ਦੇਖੋ ਜੀ ਮੈਂ ਪੁੱਛਣਾ ਚਾਹਣਾ ਚਰਨੀ ਸਿੰਘ ਚੰਨੀ ਸਾਹਿਬ ਨੂੰ ਤੇ ਉਹਨਾਂ ਦੀ ਪਾਰਟੀ ਨੂੰ ਕਿ ਕੀ ਹੁਣ ਕਾਂਗਰਸ ਪਾਰਟੀ ਖਾਲਸਤਾਨੀਆਂ ਦੀ ਹਮਾਇਤ ਕਰਦੀ ਹੈ ਫਿਰ ਉਹਨਾਂ ਦਾ ਸਵਾਲ ਇਹ ਸੀ ਕਿ ਅਮਰਪਾਲ ਸਿੰਘ ਹੋਰੀ ਉਹ ਕਹਿੰਦੇ ਕਿ ਬਹੁਤ ਚੰਗਾ ਕੀਤਾ ਹੈ ਇੰਦਰਾ ਗਾਂਧੀ ਨੂੰ ਮਾਰਿਆ ਜਾਂ ਉਹ ਇੰਦਰਾ ਗਾਂਧੀ ਨੂੰ ਮਾਰਨ ਵਾਲਿਆਂ ਦੇ ਸਪੋਰਟਰ ਨੇ ਤੇ ਇਹ ਉਸੇ ਪਾਰਟੀ ਦੇ ਬੰਦੇ ਨੇ ਜਿਹੜੇ ਕਹਿੰਦੇ ਨੇ ਵੀ ਹਾਂ ਜੀ ਅਮਰਪਾਲ ਸਿੰਘ ਨਾਲ ਰਿਆਗ ਕਰਦੇ ਹੋ ਦੋਨਾਂ ਦੇ ਵਿੱਚ ਉਹ ਕਲੀਅਰ ਤੇ ਕਰੋ ਸਟੈਂਡ ਕੀ ਹੈ ਤੁਹਾਡਾ ਹੁਣ ਇੱਕ ਗੱਲ ਤੇ ਹੈਗੀ ਆ ਵੀ ਮੈਨੂੰ ਲੱਗਦਾ ਵੀ ਇਹ ਸ਼ਾਇਦ ਮੁੱਦਾ ਇਨਾ ਨਾਮ ਹੀ ਚੁੱਕਿਆ ਜਾਂਦਾ ਕਿਉਂਕਿ ਇਸ ਤੋਂ ਪਹਿਲਾਂ ਜਿੰਨੀ ਆਪਾਂ ਗੱਲ ਕੀਤੀ ਵੀ ਭਾਵੇਂ ਉਹ ਜਹਾਜ਼ਾਂ ਦੀ ਗੱਲ ਹੋਵੇ, 에ਰਪੋਰਟਾਂ ਦੀ ਗੱਲ ਹੋਵੇ, ਤੇਲ ਦੀ ਗੱਲ ਹੋਵੇ, ਹੋਰ ਕਈ ਚੀਜ਼ਾਂ ਦੀ ਗੱਲ ਸੀ। ਇਵਨ ਕਿਸਾਨਾਂ ਦੇ ਮਸਲਿਆਂ ਦੀ ਗੱਲ ਸੀ। ਉਹਦੇ ਤੇ ਚੰਨੀ ਸਾਹਿਬ ਵਧੀਆ ਗੱਲਬਾਤ ਕਰ ਰਹੇ ਸੀ। ਹੁਣ ਜੇ ਉਹ ਵਧੀਆ ਗੱਲਬਾਤ ਵਧੀਆ ਹੀ ਰਹਿ ਜਾਂਦੀ ਤੇ ਫੇਰ ਚੰਨੀ ਚੰਨੀ ਹੋ ਜਾਣੀ। ਹੁਣ ਇੱਕ ਮੁੱਦਾ ਉਹ ਦੇ ਗਏ, ਇੱਕ ਕੈਚ ਉਹਨਾਂ ਨੇ ਦੇ ਲਿਆ। ਚੌਕੇ ਛੱਕਿਆਂ ਦੇ ਵਿੱਚ ਇੱਕ ਕੈਚ ਦੇ ਲਿਆ ਤੇ ਉਸ ਕੈਚ ਨੂੰ ਅਗਲੇ ਨੇ ਚੱਕ ਲਿਆ ਵੀ ਆਜੋ ਫਿਰ ਹੁਣ। ਸੰਧਾਲੀਆ ਇਹ ਮਸਲਾ ਹੁਣ ਲਟਕਿਆ ਨਹੀਂ ਰਹਿਣਾ ਅਸਲ ਦੇ ਵਿੱਚ ਮੈਨੂੰ ਕਦੇ-ਕਦੇ ਐ ਵੀ ਲੱਗਦਾ ਹੁੰਦਾ ਕਿ ਇਹ ਲੜਾਈ 2027 ਦੀ ਹੈ। ਹੂੰ। ਠੀਕ ਹੈ ਜਿਹੜਾ ਬੰਦਾ ਕੁਝ ਵੀ ਬੋਲ ਰਿਹਾ ਕੋਈ ਪਾਰਲੀਮੈਂਟ ਦੇ ਵਿੱਚ ਅਸੀਂ ਬਹੁਤ ਸਤਿਕਾਰ ਕਰਦੇ ਆ ਜਿਹੜੇ ਲੋਕਾਂ ਦੇ ਚੁਣੇ ਹੋ ਨਮਾਉਂਦੇ ਆ। ਪਰ ਕਾਂਗਰਸ ਪਾਰਟੀ ਦੇ ਅੰਦਰ 2027 ਦੀ ਲੜਾਈ ਹੋਣੀ ਸ਼ੁਰੂ ਹੋ ਗਈ ਹੈ। ਟਾਈਮ ਨਹੀਂ ਬਹੁਤ ਹੀ ਜ਼ਿਆਦਾ ਟਾਈਮ ਨਾਲ ਤੇ ਉਹਦੇ ਵਿੱਚ ਕਈ ਬੰਦੇ ਇੰਨੇ ਤੇਜ਼ 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 ਤੇ ਹੋਰ ਤੇਜ਼ ਜਾਂਦੇ ਆ। ਕਿ ਪਤਾ ਨਹੀਂ ਲੱਗਦਾ ਕਿ ਕਈ ਵਾਰੀ ਹੁੰਦਾ ਨਾ ਕਿ ਉੜਦੀ ਧੂੜ ਦੇ ਸੇ ਬੋਤਾ ਯਾਰ ਦਾ ਨਜ਼ਰ ਨਾ ਆਵੇ ਉਹ ਧੂੜ ਜਿਹੜੀ ਹੈ ਇੰਨੀ ਤੇਜ਼ ਨਾ ਹੋ ਜਵੇ ਕਿ ਕੰਮ ਖਰਾਬ ਹੋ ਜਵੇ ਬਾਕੀ ਚਲੋ ਅਮਰਤਪਾਲ ਸਿੰਘ ਹੋਰਾਂ ਦੀ ਮੈਂਬਰ ਪਾਰਲੀਮੈਂਟ ਸਾਹਿਬ ਦੀ ਗੱਲ ਜੇ ਚੱਲੀ ਹੈ ਤੇ ਉਹਨਾਂ ਦੇ ਭਰਾ ਹਰਪ੍ਰੀਤ ਸਿੰਘ ਹੋਰਾਂ ਨੂੰ 11 ਤਰੀਕ ਨੂੰ ਮੇਰਾ ਖਿਆਲ ਆ ਕਿ ਫੜਿਆ ਸੀ ਫਲੋਰ ਤੋਂ ਇੱਕ ਉਹਨਾਂ ਦੇ ਸਾਥੀ ਸੀ ਲਖਪ੍ਰੀਤ ਸਿੰਘ ਹੋਰੀ ਨਾਲ ਦਾਵਾ ਪੁਲਿਸ ਦਾ ਉਹੀ ਕਿ ਨਸ਼ਾ ਬਰਾਮਦ ਹੋਇਆ ਡਾਕਟਰੀ ਕਰਾਈ ਨਸ਼ਾ ਉਹਨਾਂ ਦੇ ਸਰੀਰ ਦੇ ਵਿੱਚ ਵੀ ਸੀ ਪਰਿਵਾਰ ਨੇ ਅੱਗੋਂ ਆਖਿਆ ਸੀ ਕਿ ਨਹੀਂ ਜੀ ਕਿ ਮੁੰਡਾ ਜਿਮ ਜਾਂਦਾ ਹੈ ਤੇ ਹੋ ਸਕਦਾ ਕਿ ਪਾਊਡਰ ਵਗੈਰਾ ਜਿਹੜਾ ਉਹ ਲੈਂਦੇ ਹੁੰਦੇ ਆ ਸਰੀਰ ਬਾਡੀ ਬੁਡੀ ਬਣਾਉਣ ਨੂੰ ਕਿ ਉਹਦੇ ਕੁ ਤੱਤੋਂ ਦੇ ਵਿੱਚ ਆਏ ਹੋਣ ਵਕੀਲ ਸਾਹਿਬ ਉਹਨਾਂ ਦੇ ਕਹਿੰਦੇ ਸੀ ਕਹਿੰਦੇ ਜੀ ਦੇਖੋ ਅਮਰਪਾਲ ਸਿੰਘ ਹੋਰਾਂ ਨੇ ਸਿਆਸੀ ਪਾਰਟੀ ਬਣਾਉਣੀ ਆ ਨਵੀ ਤੇ ਉਹ ਸਿਆਸੀ ਪਾਰਟੀ ਬਣਾਉਣ ਤੋਂ ਪਹਿਲਾਂ ਪਰਿਵਾਰ ਦੇ ਅਕਸ ਨੂੰ ਧੁੰਦਲਾ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਰਿਮਾਂਡ ਵੀ 2 ਦਿਨ ਦਾ ਲਿਆ ਸੀ ਜ਼ਮਾਨਤ ਦੇ ਉੱਤੇ ਇੱਕ ਦਿਨ ਸੁਣਵਾਈ ਟਲ ਗਈ ਸੀ ਪਰ ਹੁਣ ਹਰਪ੍ਰੀਤ ਸਿੰਘ ਹੋਰਾਂ ਨੂੰ ਜ਼ਮਾਨਤ ਮਿਲ ਗਈ ਹੈ ਉਹ ਹੁਣ ਬਾਹਰ ਆ ਕੇ ਕੀ ਦੱਸਦੇ ਆ ਮੀਡੀਆ ਨੂੰ ਕਿਸ ਤਰੀਕੇ ਪੁਸ਼ਕਸ਼ ਕੀਤੀ ਗਈ ਕਿਵੇਂ ਫੜਿਆ ਗਿਆ ਡਿਜੀਟਲ ਇਹ अमाउंट ਜੇ 10000 ਰੁਪਇਆ ਪੁਲਿਸ ਦਾ ਦਾਵਾ ਹੈ ਕਿ ਜਿਹੜਾ ਨਸ਼ਾ ਤਸਕਰ ਹੈ ਉਹਨੂੰ ਟ੍ਰਾਂਸਫਰ ਕੀਤੀ ਗਈ ਉਹ ਕਿਉਂ ਕੀਤੀ ਗਈ ਉਹਦੇ ਕੋਲੋਂ ਕੀ ਲੈਣਾ ਸੀ ਮੈਨੂੰ ਲੱਗਦਾ ਹੁਣ ਦੋਏ ਪਾਸੇ ਸਾਹਮਣੇ ਆ ਜਾਣਗੇ ਸਥਿਤੀ ਕਲੀਅਰ ਹੋ ਜਾਊਗਾ ਆਪਾਂ ਦੇਖੋ ਮੇਰਾ ਖਿਆਲ ਉਦੋਂ ਵੀ ਗੱਲ ਕਰਦੇ ਸੀ ਵੀ ਇਹ ਜਿੰਨਾ ਮੁੱਦੇ ਨੂੰ ਉਛਾਲਿਆ ਜਾ ਰਿਹਾ ਹੈ ਸ਼ਾਇਦ ਉਹਨਾਂ ਨਾ ਨਿਕਲੇ ਕਿਉਂਕਿ ਪਹਿਲੀ ਗੱਲ ਤੇ ਉਦੋਂ ਹੀ ਕਲੀਅਰ ਹੋ ਗਈ ਸੀ ਇਹਦੇ ਰਿਮਾਂਡ ਮੰਗਿਆ ਸੀ ਤੇ ਰਿਮਾਂਡ ਅਦਾਲਤ ਨੇ ਦਿੱਤਾ ਨਹੀਂ ਸੀ ਹਾਂ ਉਸ ਤੋਂ ਬਾਅਦ ਜਦੋਂ ਉਹ ਤਸਕਰ ਫੜਿਆ ਗਿਆ ਫਿਰ ਡਿਮਾਂਡ ਦੀ ਮੰਗ ਕੀਤੀ ਗਈ ਤੇ ਰਿਮਾਂਡ ਫਿਰ 10 ਦਿਨ ਦਾ ਮੰਗਿਆ ਮਿਲਿਆ ਫਿਰ ਉਹਦੇ ਤੋਂ ਗੱਲ ਲੱਗਦੀ ਸੀ ਕਿ ਵੀ ਇਹ ਇਹ ਮਸਲਾ ਜਿਸ ਹਿਸਾਬ ਨਾਲ ਕਿਉਂਕਿ ਕਾਰਨ ਇਹ ਸੀ ਵੀ ਜੇ ਤੁਸੀਂ ਇੰਡੀਵਿਜੂਅਲ ਹਰਪ੍ਰੀਤ ਸਿੰਘ ਕੋਈ ਵੀ ਪੰਜਾਬ ਦਾ ਇੱਕ ਨੌਜਵਾਨ ਲਾ ਲਓ ਉਹ ਫੜਿਆ ਗਿਆ ਹੁੰਦਾ ਤੇ ਸ਼ਾਇਦ ਹੋ ਸਕਦਾ ਜਿੱਥੇ ਅੱਗੇ ਹਜ਼ਾਰਾਂ ਕੇਸਾਂ ਦੀ ਗੱਲ ਕਰਦੇ ਉਹਦੇ ਵਿੱਚੋਂ ਕੋਈ ਇੱਕ ਕੇਸ ਇਹ ਵੀ ਹੁੰਦਾ ਚਰਚਾ ਇਸ ਕਰਕੇ ਸੀਗੀ ਕਿਉਂਕਿ ਉਹ ਭਰਾ ਸੀ ਸਰਦਾਰ ਅਮਰਤਪਾਲ ਸਿੰਘ ਰਹਾਂਦੇ ਜੋ ਮੈਂਬਰ ਪਾਰਲੀਮੈਂਟ ਨੇ ਤੇ ਉਹ ਮਕਬੂਲ ਇਸ ਕਰਕੇ ਹੋਈ ਸੀ ਕਿ ਉਹ ਕਹਿੰਦੇ ਮੈਂ ਨਸ਼ੇ ਛਡਾਉਣੇ ਫਿਰ ਚਰਚਾ ਬਹੁਤਾ ਕਰਕੇ ਲੋਕਾਂ ਵਿਚ ਤਾਂ ਹੋਈ ਵੀ ਯਾਰ ਜਿਹੜਾ ਬੰਦਾ ਨਸ਼ਾ ਛਡਾਉਣ ਦਾ ਕਰਕੇ ਤੁਰਿਆ ਹੋਵੇ ਤੇ ਉਹਦੇ ਘਰ ਦੇ ਵਿੱਚ ਇਹੋ ਜਿਹਾ ਕੁਛ ਹੈ ਤੇ ਇਹ ਕਿਦਾਂ ਹੌਲੀ-ਹੌਲੀ ਲੋਕਾਂ ਨੂੰ ਵੀ ਕਲੈਰਿਟੀ ਹੋ ਗਈ ਵੀ ਯਾਰ ਭਰਾ ਆਪਣੀ ਥਾਂ ਤੇ ਆ ਉਹ ਆਪਣੀ ਥਾਂ ਤੇ ਨੇ ਜੇ ਕੁਛ ਹੈ ਵੀ ਇਹ ਤੇ ਕਲੀਅਰ ਹੋ ਜੂ ਫਿਰ ਉਸ ਤੋਂ ਬਾਅਦ ਇਹ ਗੱਲ ਚੱਲੀ ਵੀ ਯਾਰ ਕਿਸੇ ਵੇਲੇ ਇਹ ਵੀ ਹੁੰਦਾ ਵੀ ਗੱਲ ਛੋਟੀ ਹੀ ਹੁੰਦੀ ਨੂੰ ਵਧਾ ਚੜਾ ਕੇ ਦੱਸਿਆ ਜਾਂਦਾ ਹੁਣ ਜੋ ਕੁਛ ਵੀ ਆ ਇੱਕ ਗੱਲ ਤੇ ਕਲੀਅਰ ਹੋ ਗਈ ਕਿ ਵੀ ਉਹਨਾਂ ਨੂੰ ਜ਼ਮਾਨਤ ਮਿਲ ਗਈ ਉਹ ਹੁਣ ਆਪਣੇ ਪਰਿਵਾਰ 'ਚ ਹੋਣਗੇ ਜਾਂ ਕੇਸ ਆ ਕੇਸ ਉਹ ਆਪਣੇ ਤੌਰ ਦੇ ਉੱਪਰ ਲੜਨਗੇ ਹੋ ਸਕਦਾ ਹੈ ਕਿ ਜਦੋਂ ਹੁਣ ਉਹ ਬਾਹਰ ਆ ਗਏ ਨੇ ਉਸ ਤੋਂ ਬਾਅਦ ਉਹ ਆਪਣੀ ਇੱਕ ਵੱਖਰੀ ਕਹਾਣੀ ਵਿੱਚ ਦੱਸਣ ਪਈ ਉਦੋਂ ਕਿੱਥੇ ਸੀ ਕਦੋਂ ਤੁਰੇ ਕਿਧਰ ਨੂੰ ਗਏ ਕਿੱਥੇ ਪੁਲਿਸ ਨੇ ਪਿੱਛਾ ਕੀਤਾ ਜਾਂ ਪੁਲਿਸ ਨੇ ਘੇਰਿਆ ਜਾਂ ਰੋਕਿਆ ਜਾਂ ਕਿਉਂ ਫੜਿਆ ਉਦੋਂ ਜਦੋਂ ਕਲੈਰਿਟੀ ਹੋਏਗੀ ਫਿਰ ਹੋ ਸਕਦਾ ਇੱਕ ਡਿਫਰੈਂਟ ਐਂਗਲ ਵੀ ਆਪਾਂ ਨੂੰ ਪਤਾ ਲੱਗੇ ਲਓ ਜੀ ਪਿਛਲੇ ਦਿਨਾਂ ਦੇ ਵਿੱਚ ਕਈ ਤਰ੍ਹਾਂ ਦੇ ਨਵੇਂ ਨਿਯਮ ਤੇ ਕਾਨੂੰਨ ਜਿਹੜੇ ਐ ਉਹ ਅੱਗੇ ਲਿਆਂਦੇ ਗਏ ਜੇ ਤੁਸੀਂ ਛਤਕਾਰ ਦੀ ਜਿਹੜੀ ਐ ਸ਼ੀਸ਼ੇ ਵਾਲੀ ਐ ਸ਼ੀਸ਼ਾ ਅੱਗੇ ਪਿੱਛੇ ਹੁੰਦਾ ਤੇ ਉਹਦੇ ਵਿੱਚ ਖੜ ਨਹੀਂ ਸਕਦੇ ਤੁਹਾਡੇ ਤੇ ਜੁਰਮਾਨਾ ਹੋ ਕੇ ਸੋ ਉਦੇ ਤੋਂ ਬਾਅਦ ਬੱਚੇ ਜਿਹੜੇ ਨੇ ਜੇ ਨਵਾਲਗ ਬੱਚਾ ਜਿਹੜਾ ਉਹ ਵਹੀਕਲ ਚਲਾਊਗਾ ਤੇ ਉਹਦੇ ਮੰਮੀ ਡੈਡੀ ਜਿਹੜੇ ਆ ਕਾਨੂੰਨੀ ਸ਼ਿਕੰਜੇ ਚ ਕਸੂਤੇ ਫਸਣਗੇ ਹੁਣ ਇੱਕ ਨਵਾਂ ਨਿਯਮ ਜਿਹੜਾ ਪੰਜਾਬ ਦੇ ਵਿੱਚ ਹੈ ਉਹ ਤੁਹਾਡੇ ਸਾਡੇ ਸਾਰੇ ਨਾਲ ਸੰਬੰਧ ਰੱਖਦਾ ਸੰਧਾਲੀਆ ਸਭ ਸ਼ੌਕ ਬੜਾ ਪੰਜਾਬੀਆਂ ਨੂੰ ਇਸੇ ਕਰਕੇ ਉਹਦੇ ਤੇ ਗੀਤ ਬਣਦੇ ਆ ਕਿ ਜੇ ਪਾਈ ਮੇਰੇ ਹੱਥ ਦੇ ਵਿੱਚ ਰਿਵਾਲਵਰ ਫੜਿਆ ਹੋਊਗਾ ਜੇ ਬੰਦੂਕ ਮੇਰੇ ਮੋਢੇ ਤੇ ਟੰਗੀ ਹੋਊਗੀ ਤਾਂ ਮੈਂ ਸਾਰਾ ਹੀ ਪਿੰਡ ਮੋਰੇ ਲਾ ਲਵਾਂ ਮੇਰੇ ਮੋਰੇ ਕੁਆੜ ਨਹੀਂ ਸਕਦਾ ਮੇਰੇ ਮੋੜ ਖੜ ਨਹੀਂ ਸਕਦਾ ਤੇ ਉਥੇ ਜਾ ਕੇ ਫੈਰ ਕਰੂੰਗਾ ਜਿੱਥੇ ਕੋ ਫੈਰ ਅਜੇ ਤੱਕ ਕਰ ਹੀ ਨਹੀਂ ਸਕਿਆ ਬਹੁਤ ਸਾਰੇ ਲੋਕ ਸੀ ਜਿਹੜੇ ਬੰਦੂਕ ਫੜ ਕੇ ਪਿਸਤੌਲ ਫੜ ਕੇ ਹੱਥ ਦੇ ਵਿੱਚ ਫੋਟੋ ਹਟੋ ਪਾਉਂਦੇ ਸੀ ਰੀਲਾਂ ਰੂਲਾਂ ਬਣਾਉਂਦੇ ਸੀ ਉਹਦਾ ਛੋਟੇ ਬੱਚਿਆਂ ਤੇ ਪ੍ਰਭਾਵ ਬੜਾ ਮਾੜਾ ਪੈਂਦਾ ਸੀ ਛੋਟੇ ਬੱਚੇ ਵੀ ਤੁਸੀਂ ਦੇਖੋ ਕਿ ਬੱਚਾ ਪਚਕਾਰੀ ਵੀ ਲੈ ਸਕਦਾ ਬੱਚਾ ਉਹ ਵਾਜਾ ਜਿਆ ਵੀ ਲੈ ਸਕਦਾ ਬੱਚੇ ਵੀ ਤੁਸੀਂ ਕਢਾਉਣੇ ਨੇ ਦੁਕਾਨ ਤੇ ਜਾ ਕੇ ਖੜੇ ਕਰਦੇ ਹੋ ਤਾਂ ਸਭ ਤੋਂ ਪਹਿਲਾਂ ਪਿਸਤੌਲ ਨੂੰ ਹੱਥ ਪਾਉਂਦੇ ਆ ਕਿਉਂਕਿ ਉਹਨਾਂ ਦੇ ਕਾਰਟੂਨ ਵੀ ਉਹੀ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਵੱਡੇ ਲੋਕ ਕੀ ਕਰਦੇ ਉਹ ਵੀ ਉਹ ਹੀ ਦੀਦਾ ਉਹਨਾਂ ਨੂੰ ਲੱਗਦਾ ਕਿ ਕੋਈ ਵਧੀਆ ਚੀਜ਼ ਹੈ ਜਿਹਦੇ ਨਾਲ ਉਹਦੀ ਰੈਪਿਊਟੇਸ਼ਨ ਬਣਦੀ ਹੈ। ਜਾਨੀ ਸਾਡਾ ਭਵਿੱਖ ਤਬਾਹ ਹੋ ਰਿਹਾ ਹੈ। ਹੁਣ ਪੰਜਾਬ ਦੇ ਵਿੱਚ ਨਵਾਂ ਨਿਯਮ ਲਾਗੂ ਹੋਣ ਜਾ ਰਿਹਾ ਹੈ। ਸਾਈਬਰ ਸੈੱਲ ਵਾਲਿਆਂ ਨੂੰ ਸਿੱਧੀਆਂ ਹਦਾਇਤਾਂ ਸਰਕਾਰ ਨੇ ਦਿੱਤੀਆਂ ਕਿ ਜੇ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਕੋਈ ਵਿਅਕਤੀ ਦੇਖਦੇ ਹੋ ਜਿਹੜਾ ਕਿ ਹਥਿਆਰ ਹੱਥ ਵਿੱਚ ਫੜ ਕੇ ਫੋਟੋ ਪਾ ਰਿਹਾ ਹੈ, ਵੀਡੀਓ ਬਣਾ ਕੇ ਪਾ ਰਿਹਾ ਹੈ, ਰੀਲਾਂ ਰੂਲਾਂ ਬਣਾ ਕੇ ਪਾ ਰਿਹਾ ਹੈ, ਤੁਰੰਤ ਐਸਐਸਪੀ ਸਾਹਿਬ ਨੂੰ ਸੁਨੇਹਾ ਦੇਣਾ ਹੀ ਐਸਐਸਬੀ ਸਾਹਿਬ ਉਹਦੀ ਵੈਰੀਫਿਕੇਸ਼ਨ ਕਰਨਗੇ ਕਿ ਕੋਣ ਬੰਦਾ ਹੈ ਜੇ ਉਹਨੇ ਅਸਲੇ ਦਾ ਲਾਇਸੈਂਸ ਲਿਆ ਉਸ ਅਸਲੇ ਦੇ ਲਾਇਸੈਂਸ ਨੂੰ ਤੁਰੰਤ ਰੱਦ ਕਰਾਉਣ ਦੇ ਲਈ ਡੀਸੀ ਸਾਹਿਬ ਨੂੰ ਉਹਨੇ ਉਸੇ ਵੇਲੇ ਲਿਖ ਦੇਣਾ ਡੀਸੀ ਸਾਹਿਬ ਨੇ ਅਸਲੇ ਦਾ ਲਾਇਸੈਂਸ ਰੱਦ ਕਰ ਦੇਣਾ ਸੰਧਾਲੀਆ ਸਭ ਕੋਈ ਬੰਦਾ ਕਹਿ ਸਕਦਾ ਯਾਰ ਇਹ ਕੀ ਗੱਲ ਹੋਈ ਦੇਖੋ ਜਦੋਂ ਆਪਾਂ ਅਸਲੇ ਦਾ ਲਾਇਸੈਂਸ ਲੈਣੇ ਆ ਨਾ ਉੱਥੇ ਕਈ ਚੀਜ਼ਾਂ ਲਿਖ ਕੇ ਦੇਣੇ ਜੀ ਸਾਨੂੰ ਖਤਰਾ ਹੈ ਸਾਡਾ ਘਰ ਬਾਰ ਬਾਰ ਹੈ ਸਾਡੇ ਉੱਤੇ ਹਮਲਾ ਹੋਇਆ ਸਾਨੂੰ ਧਮਕੀ ਮਿਲੀ ਉਦੋਂ ਅਸੀਂ ਸਵੈ ਰੱਖਿਆ ਲਈ ਲੈਣੇ ਆ ਤੇ ਬਾਅਦ ਵਿੱਚ ਅਸੀਂ ਉਹਦੀ ਵਰਤੋਂ ਕਰਦੇ ਹਾਂ ਵੱਡੇ ਬਣਨ ਦੇ ਲਈ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਫੋਟੋ ਪਾਉਂਦੇ ਆ ਉਹ ਚੀਜ਼ਾਂ ਤਾਂ ਲਕੋ ਕੇ ਰੱਖਣੀਆਂ ਹੁੰਦੀਆਂ ਸਵੈ ਰੱਖਿਆ ਲਈ ਹੁੰਦੀਆਂ ਕਿ ਜੇ ਕੋਈ ਤੁਹਾਡੇ ਤੇ ਹਮਲਾ ਕਰੂਗਾ ਤੇ ਉਦੋਂ ਵਰਤੋਂ ਉਹਦੀ ਕਰਨੀ ਹੈ ਪਰ ਸਾਡੇ ਲਈ ਇੱਕ ਨਮਾਸ਼ਲਾ ਹਿੱਸਾ ਬਣ ਗਿਆ ਇਸ ਕਰਕੇ ਜਿਹੜੇ ਪ੍ਰਵਾਸੀ ਵੀ ਨੇ ਤੁਹਾਡੇ ਵੀ ਕਈ ਟੱਬਰ ਦੇ ਜਿਹੜੇ ਮੈਂਬਰ ਆ ਉਹਨਾਂ ਨੇ ਵੀ ਪੰਜਾਬ ਦੇ ਵਿੱਚ ਲਾਇਸੈਂਸ ਲਏ ਹੁੰਦੇ ਆ ਵਧੀਆ ਹਥਿਆਰ ਲਏ ਹੁੰਦੇ ਆ ਗੁਰੇਜ਼ ਉਹ ਵੀ ਕਰਨ ਤੇ ਤੁਸੀਂ ਵੀ ਜਾ ਕੇ ਗੁਰੇਜ਼ ਕਰਿਓ ਇਹ ਕੋਈ ਗੱਲ ਹੈ ਚੰਗੀ ਗੱਲ ਹੈ ਹਾਲਾਂਕਿ ਆਪਾਂ ਇਹ ਵੀ ਜ਼ਿਕਰ ਕਰਦੀ ਵੀ ਦੂਸਰੀ ਵਾਰਾ ਹੋ ਰਿਹਾ ਜਿਸ ਤੋਂ ਪਹਿਲਾਂ ਮੇਰਾ ਖਿਆਲ ਕਲਾਕਾਰ ਭਾਈ ਚਾਰੇ ਨੂੰ ਮੈਂ ਬੇਨਤੀ ਕੀਤੀ ਸੀ ਉਹਨਾਂ ਨੇ ਕਿ ਵੀ ਇਹ ਜਿਹੜਾ ਰੋਜ਼ ਹੀ ਤੁਸੀਂ ਕੰਮ ਗਾਣੇ ਵਾਲਾ ਫੜ ਲਿਆ ਵੀ ਹੋਰ ਦੁਨੀਆ ਤੇ ਕੋਈ ਟੌਪਿਕ ਹੀ ਨਹੀਂ ਰਹਿ ਗਿਆ ਸਵਾਏ ਗੀਤਾਂ 'ਚ ਆਹ ਹਥਿਆਰ ਪ੍ਰਮੋਟ ਕਰਨ ਤੋਂ ਵੀ ਇਹ ਤੋਂ ਬਾਅਦ ਆਜੋ ਉਸ ਤੋਂ ਬਾਅਦ ਠੱਲ ਪਈ ਫਰਕ ਪਿਆ ਐਂਡ ਉਸ ਫਰਕ ਨਾਲ ਮੈਨੂੰ ਲੱਗਦਾ ਵੀ ਚਲੋ ਜਾਣੇ ਜਿਹੜੇ ਬਾਕੀ ਲੋਕ ਈਵਨ ਉਸੇ ਭਾਈ ਚਾਰੇ 'ਚ ਆਪਾਂ ਗੱਲ ਕਰਨੀ ਚਾਹੋ ਗੀਤਕਾਰ ਸੀ ਚਾਹੇ ਗਾਇਕ ਸੀ ਜਾਂ ਹੋਰ ਮਿਊਜ਼ਿਕ ਇੰਡਸਟਰੀ ਦੇ ਲੋਕ ਉਹ ਕਹਿੰਦੇ ਸੀ ਯ ਉਹ ਮਕਬੂਲ ਗਾਇਕ ਕੀ ਕਿਤੇ ਸਾਰੀ ਉਮਰ ਗ ਖਦਿਆਰਾਂ ਦੇ ਗਾਣੇ ਗਾਉਂਦੇ ਰਹੇ ਤੇ ਕੀ ਹੋਰ ਸਾਨੂੰ ਟੌਪਿਕ ਨਹੀਂ ਲੱਭਦਾ ਦੁਨੀਆ ਦੇ ਵਿੱਚ ਵੀ ਸਵਾਏ ਹਿਆਰਾਂ ਤੋਂ ਹੌਲੀ-ਹੌਲੀ ਜਦੋਂ ਇੱਕ ਪਾਸਿਓਂ ਠੱਲ ਪਈ ਤੇ ਦੂਸਰੀ ਤਰ੍ਹਾਂ ਦੇ ਗਾਣੇ ਆਉਣ ਲੱਗੇ ਚਲੋ ਮਿਊਜ਼ਿਕ ਇੰਡਸਟਰੀ ਦੇ ਵਿੱਚ ਉਸ ਠੱਲ ਦੇ ਨਾਲ ਫਰਕ ਪੈ ਗਿਆ ਵੀ ਨਹੀਂ ਯਾਰ ਲੋਕਾਂ ਨੂੰ ਤਾਂ ਤੁਸੀਂ ਜੋ ਪਰੋਸੀ ਜਾਂਦੇ ਉਹਨਾਂ ਤੇ ਉਹੀ ਚਾਹੀਦਾ ਜੇ ਇੱਕੇ ਪਾਸੇ ਤੁਰੇ ਰਹੋਗੇ ਤਾਂ ਕੀ ਕਰ ਸਕਦੇ ਹੁਣ ਰਹੀ ਗੱਲ ਇਹ ਜਿਹੜਾ ਵਿਖਾਵਾ ਕਰਨ ਵਾਲਿਆਂ ਦੀ ਦੇਖੋ ਇੱਕ ਆਪਾਂ ਬੇਨਤੀ ਕਰਦੀ ਵੀ ਜਿਹੜੇ ਬੰਦੇ ਨੂੰ ਤੇ ਸੱਚੀ ਮੁੱਜੀ ਖਤਰਾ ਹੁੰਦਾ ਨਾ ਉਹ ਬੜੀ ਸਪਸ਼ਟ ਗੱਲ ਹੈ ਵੀ ਉਹ ਕਲੀਅਰ ਕਟ ਹੈ ਵੀ ਉਹ ਕਿਸੇ ਨੂੰ ਦੱਸਦਾ ਤੱਕ ਨਹੀਂ ਵੀ ਮੇਰੇ ਕੋਲੇ ਕੀ ਆ ਹੂੰ ਕਿਉਂਕਿ ਜੇ ਤੁਸੀਂ ਸਾਹਮਣੇ ਵਾਲ ਨੂੰ ਦੱਸ ਹੀ ਦਿੱਤਾ ਵੀ ਮੇਰੇ ਕੋਲੇ ਆ ਆ ਤੇ ਅਗਲੇ ਨੇ ਤੇ ਉਹ ਤੋਂ ਵੱਡੀ ਸ਼ੈ ਲੈ ਕੇ ਆਉਣੀ ਇਹ ਤੇ ਉਹ ਬੰਦੇ ਹੁੰਦੇ ਜਿਹਨਾਂ ਹੁੰਦਾ ਵੀ ਯਾਰ ਮੇਰੀ ਚਰਚਾ ਹੀ ਨਹੀਂ ਪਤਾ ਹੀ ਨਹੀਂ ਲੋਕਾਂ ਨੂੰ ਵੀ ਮੈਂ ਕੌਣ ਵੀ ਮੈਂ ਵੀ ਕੋਈ ਸ਼ੈ ਆ ਉਹ ਜਿਹੜੀ ਆਦਤ ਹੈ ਨਾ ਜੇ ਉਹਦੇ ਤੇ ਇਸ ਤਰ੍ਹਾਂ ਜੇ ਮੰਨ ਲਓ ਸਿੱਧੀ ਨਹੀਂ ਹੈ ਅਗਲੋਂ ਦੀ ਤੇ ਅਗਲੇ ਹੰਦਿਆਂ ਦੇ ਵੀ ਕਰੋਣ ਰਹੀ ਅਸੀਂ ਦੇ ਦੇਾਂਗੇ ਫਿਰ ਚੰਗੀ ਗੱਲ ਹੋ ਸਕਦਾ ਜਿੱਦਾਂ ਤੁਸੀਂ ਕਿਹਾ ਕਿ ਅਗਲਾ ਆਖਿਆ ਯਾਰ ਹੋਣ ਅੱਛਾ ਸਰਕਾਰ ਸੋਸ਼ਲ ਮੀਡੀਆ ਕੰਟਰੋਲ ਕਰੂਗੀ ਕਿਉਂ ਨਹੀਂ ਕਰੂਗੀ ਕਿਉਂਕਿ ਦੁਨੀਆ 'ਚ ਬਹੁਤ ਸਾਰੀਆਂ ਚੀਜ਼ਾਂ ਨੇ ਹੁਣ ਮੰਨ ਲਓ ਕੋਈ ਬੰਦਾ ਆਖੇ ਯਾਰ ਮੈਂ ਨਾ ਜਹਾਜ਼ ਦਾ ਲਾਇਸੈਂਸ ਲੈ ਲਿਆ ਤੇ ਜਹਾਜ਼ ਹੁਣ ਮੈਂ ਮੱਲ 92 ਦੇ ਨਹੀਂ ਚਲਾਉਣਾ ਤੇ ਮੈਂ ਪਿੰਡ ਨੂੰ ਲੈ ਕੇ ਜਾਣਾ ਕਿੱਦਾਂ ਲਿਜਾਹਦੇ ਤੁਸੀਂ ਲੇ ਜਿਹੜੀ ਚੀਜ਼ ਜਿੱਥੇ ਹੈ ਉਹਨੂੰ ਤੁਸੀਂ ਉੱਥੇ ਤੇ ਰੱਖ ਸਕਦੇ ਹੋ ਵਰਤ ਸਕਦੇ ਹੋ ਪਰ ਜੇ ਤੁਸੀਂ ਆਖੋ ਵੀ ਮੈਂ ਹੁਣ ਇੱਥੇ ਨਹੀਂ ਮੈਂ ਹੁਣ ਕਿਸੇ ਹੋਰ ਪਾਸੇ ਲੈ ਕੇ ਜਾਣੀ ਇਦਾਂ ਨਹੀਂ ਸੋ ਚੰਗੀ ਗੱਲ ਹੈ ਸੋ ਇੱਕ ਗੱਲ ਤਾਂ ਕਲੀਅਰ ਹੋ ਗਈ ਕਿ ਵੀ ਹੁਣ ਜੇ ਤੁਹਾਨੂੰ ਕਿਤੇ ਸ਼ੌਕ ਹੈ ਕਿਤੇ ਵਿਆਹ ਚ ਜਾਂਦੇ ਆ ਕਿਸੇ ਵੇਲੇ ਇਹ ਵੀ ਹੁੰਦਾ ਹੈ ਗੱਲ ਕਲੀਅਰ ਕਰ ਦਈਏ ਜਿਹੜੇ ਬੰਦੇ ਦਾ ਸੈਂਸ ਹੁੰਦਾ ਕਿ ਯਾਰ ਉਹਨੂੰ ਸ਼ੌਕ ਨਹੀਂ ਹੁੰਦਾ ਨਾਲ ਦੇਨ ਹੁੰਦਾ ਨਹੀਂ ਯਾਰ ਭਾਈ ਫੋਟੋ ਤੇ ਲਵਾਈ ਇੱਕ ਉਹ ਫੋਟੋ ਲਵਾਉਣ ਵਾਲੇ ਨੇ ਫੋਟੋ ਪਾਤੀ ਅਗਲੇ ਨੇ ਉਹ ਬੰਦਾ ਫੜ ਲਿਆ ਉਦੋਂ ਬਾਅਦ ਆਖਿਆ ਹਥਿਆਰ ਕਿਹਦਾ ਤੇ ਹਥਿਆਰ ਗਾਂ ਨਿਕਲਿਆ ਵੀ ਭਾਈ ਇਹਦਾ ਸੀ ਯਾਰ ਤੇ ਮੁਰਗੇ ਨਾਵੇਂ ਨਾਲ ਭਾਈਆ ਵੀ ਟੰਗਿਆ ਜਾਵੇ ਇਸ ਕਰਕੇ ਜੇ ਭਾਈਆ ਟੰਗੇ ਨਾ ਭਾਈਆ ਬਹਾਇਆ ਹੋਵੇ ਉਹਨਾਂ ਨੇ ਇਸ ਕਰਕੇ ਜੇ ਹਥਿਆਰ ਤੁਹਾਡੇ ਕੋਲ ਹੈਗਾ ਪਹਿਲੀ ਗੱਲ ਤੇ ਆਪ ਨਹੀਂ ਪਾਉਣੀ ਫੋਟੋ ਜੇ ਕੋਈ ਮੰਗੇ ਵੀ ਤ ਉਹਨੂੰ ਫੜਾਉਂਦੇ ਰੋਟ ਤੇ ਜੇ ਉੱਥੇ ਜਾ ਕੇ ਕਰ ਕਹਿੰਦੇ ਜੀ ਉਹਨਾਂ ਨੂੰ ਭਟਾਇਆ ਸਾਡਾ ਭਾਈਆ ਉਹ ਭਾਈਆ ਤੁਹਾਡਾ ਹੋਊਗਾ ਸਾਡਾ ਨਿਕਾ ਭਾਈ ਇਹ ਇੱਥੇ ਬੈਠੂਗਾ ਅੱਛਾ ਸੰਧਾਲੀਆਂ ਸਭ ਦੂਜਾ ਫੈਸਲਾ ਵੀ ਹੈ ਹੂੰ ਦੂਜਾ ਫੈਸਲਾ ਇਹ ਕੀਤਾ ਗਿਆ ਕਿ ਪੰਜਾਬ ਪੁਲਿਸ ਦੀ ਜਿਹੜੇ ਸਾਡੇ ਸਤਕਾਰਯੋਗ ਕਰਮਚਾਰੀ ਨੇ ਹੂੰ ਉਹਨਾਂ ਦੇ ਵਿੱਚੋਂ ਵੀ ਕਈ ਸੱਜਣ ਵਰਦੀ ਪਾ ਕੇ ਤੇ ਫਿਰ ਫੋਟੋ ਪਾਉਂਦੇ ਆ, ਵੀਡੀਓ ਬਣਾਉਂਦੇ ਆ, ਰੀਲਸ ਵੀ ਪਾਉਂਦੇ ਹੋਣਗੇ। ਉਹਨਾਂ ਬਾਰੇ ਵੀ ਫੈਸਲਾ ਕੀਤਾ ਗਿਆ ਕਿ ਤੁਸੀਂ ਵਰਦੀ ਪਾ ਕੇ ਉਹ ਕੰਮ ਨਹੀਂ ਕਰ ਸਕਦੇ। ਚਰਚਾ ਤੇ ਇੱਥੋਂ ਤੱਕ ਵੀ ਚੱਲਦੀ ਆ ਕਿ ਜਿਹੜਾ ਤੁਹਾਡੇ ਸੋਸ਼ਲ ਮੀਡੀਆ ਦੇ ਉੱਤੇ ਅਕਾਊਂਟ ਨੇ ਕਿ ਉਹ ਵੀ ਤੁਸੀਂ ਬਹੁਤ ਜ਼ਿਆਦਾ ਸਰਗਰਮੀ ਨਾਲ ਚਲਾ ਨਹੀਂ ਸਕਦੇ, ਭਾਈ ਉਹਨਾਂ ਨੂੰ ਵੀ ਡਿਲੀਟ ਰੂਟ ਕਰੋ। ਪਰ ਹੁਣ ਕਿਉਂਕਿ ਕਈ ਸੱਜਣ ਤਾਂ ਬਹੁਤ ਜ਼ਿਆਦਾ ਪੌਪੂਲਰ ਨੇ, ਕਈ ਸੱਜਣ ਤਾਂ ਪ੍ਰਸਿੱਧ ਬੜੇ ਨੇ ਵਰਦੀ ਪਾ ਕੇ, ਮੈਂ ਨਹੀਂ ਕਹਿਣਾ ਕਿ ਉਹ ਕੰਮ ਮਾੜਾ ਕਰਦੇ ਆ, ਪਰ ਨਿਯਮ ਤਾਂ ਨਹੀਂ ਜਿਵੇਂ ਭਾਈ ਮੰਨਣਾ ਪਊਗਾ। ਉਹ ਦੇ ਕੋ ਇਹਦੇ ਤੇ ਹੁਣ ਮੈਨੂੰ ਲੱਗ ਕਿ ਮੇਰਾ ਖਲ ਕੀ ਰਿਐਕਸ਼ਨ ਆਉਂਦਾ ਇਹ ਤੇ ਸਮਾਂ ਦਸੂ ਪਰ ਜੇ ਕੋਈ ਆਖੇ ਵੀ ਉਹ ਉਹਨਾਂ ਨੂੰ ਮੰਨਣਾ ਨਹੀਂ ਪੈਣਾ ਮੰਨਣਾ ਤੇ ਪਹਿਣਾ ਕਿਉਂਕਿ ਜੇ ਤੁਸੀਂ ਡਿਊਟੀ ਕਰਨੀ ਹੈ ਤੇ ਡਿਊਟੀ ਦੇ ਵਿੱਚ ਤੇ ਜੋ ਪਿਛੋਂ ਹੁਕਮ ਆ ਗਿਆ ਉਹ ਤੇ ਜਨਾਬ ਦਾ ਹੁਕਮ ਮੰਨਣਾ ਹੀ ਪੈਣਾ ਹੋ ਸਕਦਾ ਹੈ ਇਸ ਚੀਜ਼ ਤੇ ਵੀ ਕੰਟਰੋਲ ਹੋਵੇ ਪਰ ਇਹਦੇ ਨਾਲ ਕੀ ਫਰਕ ਪੈਂਦਾ ਇਹ ਮੈਨੂੰ ਕੋਈ ਬਹੁਤਾ ਸਮਝ ਲੱਗਾ ਨਹੀਂ ਚਲੋ ਅੱਗੇ ਚੱਲਦੇ ਹਾਂ ਰਾਜਪਾਲ ਬਨਵਾਰੀ لال ਪ੍ਰੋਹਿਤ ਸਾਹਿਬ ਉਹ ਗਏ ਸੀ ਪਹਿਲਾਂ ਪਠਾਨਕੋਟ ਫਿਰ ਗੁਰਦਾਸਪੁਰ ਫਿਰ ਅੰਮ੍ਰਿਤਸਰ ਅੰਮ੍ਰਿਤਸਰ ਗਏ ਤੇ ਇਤ ਕੀ ਵੈਸੇ ਬਚਾ ਰਿਆ ਕੋ ਬਹੁਤਾ ਜ਼ਿਆਦਾ ਰੌਲਾ ਰੱਪਾ ਪਿਆ ਨਹੀਂ ਨਹੀਂ ਤਾਂ ਕੁਝ ਬਿਆਨ ਇਦਾਂ ਦੇ ਆ ਜਾਂਦੇ ਹੁੰਦੇ ਜਿਹਦੇ ਨਾਲ ਰਾਜਪਾਲ ਸਾਹਿਬ ਤੇ ਇਧਰਲੇ ਪਾਸੇ ਪੰਜਾਬ ਸਰਕਾਰ ਦੇ ਦਰਮਿਆਨ ਪਟਾਕੇ ਚੱਲਣ ਲੱਪੇ ਨੇ ਹੁੰਦੇ ਆ ਪਟਾਕੇ ਉਹ ਸੁਖਦ ਨਹੀਂ ਹੁੰਦੇ ਹੁਣ ਰਾਜਪਾਲ ਸਾਹਿਬ ਨੇ ਤਿੰਨ ਹੀ ਗੱਲਾਂ ਅਜੇ ਤੱਕ ਆਖੀਆਂ ਪਹਿਲੀ ਗੱਲ ਉਹਨਾਂ ਨੇ ਜਿਹੜੀ ਆਖੀ ਉਹ ਕਹਿੰਦੇ ਜੀ ਅਸੀਂ ਬਹੁਤ ਜਲਦ ਪਾਕਿਸਤਾਨ ਵਾਲੀ ਜਿਹੜੀ ਪੰਜਾਬ ਵਾਲੀ ਹੱਦ ਹੈ ਉੱਥੇ ਐਂਟੀ ਡਰੋਨ ਟੈਕਨੋਲੋਜੀ ਲਾ ਦੇਣ ਲੱਗੇ ਆ ਬਸ ਤਿਆਰ ਹੋ ਜੂਗੀ ਤੇ ਲੱਗ ਜੂਗੀ ਤੇ ਉਹਦੇ ਨਾਲ ਕਹਿੰਦੇ ਇੱਕ ਵੀ ਡਰੋਨ ਜਿਹੜਾ ਉਹ ਪੰਜਾਬ ਵਾਲੇ ਪਾਸੇ ਭਾਰਤ ਵਾਲੇ ਪਾਸੇ ਪਰ ਨਸ਼ਾ ਜਾਂ ਹਥਿਆਰ ਨਹੀਂ ਸੁੱਟ ਸਕੂਗਾ ਜੇ ਰਾਜਪਾਲ ਸਾਹਿਬ ਇਹ ਗੱਲ ਕਰਾਉਣ ਚ ਕਾਮਯਾਬ ਹੋ ਜਾਣ ਤਾਂ ਸੰਧਾਲੀਆ ਸਾਹਿਬ ਬੱਲੇ ਬੱਲੇ ਹੋ ਜਾਏ ਕਿਉਂਕਿ ਹੁਣ ਤਾਂ ਸਰਦੀ ਇਲਾਕਿਆਂ ਦੇ ਵਿੱਚ ਰੋਜ਼ ਖਬਰ ਆਉਂਦੀ ਹੈ ਜੀ ਇੱਕ ਡਰੋਨ ਜਿਹੜਾ ਉਹਦਾ ਪਤਾ ਲੱਗਾ ਸੀ ਡਰੋਨ ਨਹੀਂ ਲੱਭਿਆ ਨਸ਼ਾ ਲੱਪਿਆ ਕੀ ਪਤਾ ਕਿੰਨੇ ਡਰੋਨ ਫੜ ਹੁੰਦੇ ਆ ਤੇ ਕਿੰਨੇ ਨਸ਼ਾ ਸਿੱਟ ਕੇ ਵਾਪਸ ਚਲੇ ਜਾਂਦੇ ਆ ਜੇ ਕੋਈ ਏਦਾਂ ਦੀ ਟੈਕਨੋਲੋਜੀ ਦੁਨੀਆ ਦੇ ਵਿੱਚ ਹੈਗੀ ਆ ਤਕਨੀਕ ਹੈਗੀ ਆ ਉਹਦੀ ਵਰਤੋਂ ਕਰ ਲੈਣੀ ਚਾਹੀਦੀ ਆ ਨਸ਼ੇ ਦਾ ਆਦਾਨ ਪ੍ਰਦਾਨ ਸ਼ਾਇਦ ਰੁਕ ਜਾਏ ਦੂਸਰੀ ਗੱਲ ਜਿਹੜੀ ਰਾਜਪਾਲ ਸਾਹਿਬ ਨੇ ਆ ਉਹ ਕਹਿੰਦੇ ਜੀ ਡਰੋਨ ਆਉਂਦਾ ਜਾਂਦਾ ਦੱਸੋ ਜੇ ਤੁਹਾਡੀ ਜਾਣਕਾਰੀ ਪੁੱਖਤਾ ਹੋਗੀ ਰੁਪਈਆ ਲੱਖ ਜਿਹੜੇ ਸਰਦੀ ਪਿੰਡਾਂ ਦੇ ਲੋਕ ਨੇ ਇਹ ਵੀ ਚੰਗੀ ਗੱਲ ਹੈ ਕਿ ਬੰਦਾ ਦੱਸੂਗਾ ਕਿਉਂਕਿ ਪਰਚੀ ਤਾਂ ਲੋਕਲ ਲੋਕਾਂ ਤੋਂ ਮਿਲਣ ਦੀ ਹੈ ਸਥਾਨਕ ਲੋਕਾਂ ਤੋਂ ਤੀਸਰੀ ਗੱਲ ਜਦੋਂ ਕਿਸੇ ਪੱਤਰਕਾਰ ਨੇ ਮੜ ਜੀ ਮੁੱਖ ਮੰਤਰੀ ਸਾਹਿਬ ਬਾਰੇ ਪੁੱਛ ਲਿਆ ਹੋਊਗਾ ਤੇ ਉਹਨਾਂ ਨੇ ਹੱਸਦਿਆਂ ਬੜੇ ਸੱਬੇ ਇੱਕ ਜਿਹਾ ਢੰਗ ਨਾਲ ਕਹਿੰਦੇ ਜੀ ਬਿਜ਼ੀ ਬਹੁਤ ਨੇ ਮੁੱਖ ਮੰਤਰੀ ਪੰਜਾਬ ਮਾਨ ਸਾਹਿਬ ਬਹੁਤੇ ਬਿਜ਼ੀ ਨੇ ਇਸ ਕਰਕੇ ਸ਼ਾਇਦ ਮੈਨੂੰ ਮਿਲਣ ਦਾ ਟਾਈਮ ਨਾ ਲੱਗਦਾ ਹੋਊਗਾ ਉਹ ਤਾਂ ਕਹਿੰਦੇ ਇੰਨੇ ਬਿਜ਼ੀ ਨਹੀਂ ਹੋ ਸਕਦਾ ਕਿ ਚੀਫ ਸੈਕਟਰੀ ਤੇ ਜਿਹੜੇ ਡੀਜੀਪੀ ਸਾਹਿਬ ਨੇ ਉਹਨਾਂ ਨੂੰ ਵੀ ਸ਼ਾਇਦ ਘੱਟੇ ਮਿਲਦਾ ਉਹਨਾਂ ਨੂੰ ਮੌਕਾ ਮਿਲਦਾ ਹੋਵੇ ਜਾਨੀ ਕਹਿ ਵੀ ਦਿੱਤਾ ਨਹੀਂ ਵੀ ਕਿਹਾ ਬੰਦਾ ਸੁਣ ਵੀ ਲਊਗਾ ਗੁੱਸਾ ਨਹੀਂ ਕਰ ਸਕਦਾ ਤੇ ਉਹ ਮੁੱਲਾ ਦਾ ਵੀ ਪ੍ਰੋਹਿਤ ਸਾਹਿਬ ਨੂੰ ਪਤਾ ਲੱਗ ਗਿਆ ਵੀ ਜੇ ਤਾਂ ਰਾਜਪਾਲ ਦੇ ਅਹੁਦੇ ਦੇ ਨਾਲ ਨਾਲ ਥੋੜਾ ਥੋੜਾ ਸਿਆਸਤ ਵੀ ਕਰਨੀ ਆ ਤੇ ਬਿਆਨਬਾਜ਼ੀ ਵੀ ਸਿਆਸਤਦਾਨਾਂ ਨੂੰ ਕਰਨੀ ਪੈਣੀ ਹੈ ਸਿੱਧੀ ਨਹੀਂ ਕਰ ਸਕਦੇ ਵੇਖੋ ਇੱਕ ਗੱਲ ਪਹਿਲਾਂ ਮੈਂ ਡਰੋਨਾਂ ਦੀ ਗੱਲ ਕਰਾਂ ਹੁਣ ਜੇ ਆਪਾਂ ਬਾਰਡਰ ਏਰੀਆ ਦੀ ਗੱਲ ਕਰੀਏ ਨਾ ਤੇ ਮੈਨੂੰ ਲੱਗਦਾ ਹੁੰਦਾ ਵੀ ਇਹ ਡਰੋਨਾਂ ਵਾਲਾ ਕੰਮ ਕਈ ਸਾਲ ਹੋ ਗਏ ਚੱਲਦਿਆਂ। ਖਬਰ ਦੇ ਮਾਮਲੇ ਜਿਹੀ ਆਉਂਦਾ ਵੀ ਡਰੋਨ ਰਾਹੀਂ ਨਸ਼ਾ ਆਉਂਦਾ ਹੈ। ਪਰ ਜੇ ਤੁਸੀਂ ਕਿਤੇ ਬਾਰਡਰ ਏਰੀਆ ਦੇ ਲੋਕਾਂ ਨੂੰ ਜਾ ਕੇ ਪੁੱਛੋ ਤੇ ਉਹ ਤੁਹਾਨੂੰ ਉਹਦੀ ਤਕਨੀਕ ਦੇ ਵਿੱਚਲਾ ਵਾਧਾ ਦੱਸ ਦੇਣਗੇ ਵੀ ਪਹਿਲਾਂ ਡਰੋਨ ਆਉਂਦਾ ਸੀ ਐਵੇਂ ਜਿਗਾੜ ਜਿਆ ਬਣਾਇਆ ਹੁੰਦਾ ਸੀ ਉਹ ਡਰੋਨ ਵੀ ਡਿੱਗ ਪੈਂਦਾ ਸੀ ਨਸ਼ਾ ਵੀ ਡਿੱਗ ਪੈਂਦਾ ਸੀ। ਫਿਰ ਰੌਲਾ ਪੈਂਦਾ ਸੀ ਡਰੋਨ ਫੜ ਲਿਆ ਡਰੋਨ ਫੜ ਲਿਆ। ਫਿਰ ਹੌਲੀ-ਹੌਲੀ ਅਗਲੇ ਨੇ ਡਰੋਨ ਦੀ ਤਕਨੀਕ ਜਿਹੜੀ ਉਹ ਚੰਗੀ ਕਰ ਲਈ ਵੀ ਹੁਣ ਡਰੋਨ ਆਉਂਦਾ ਹੈ ਡਰੋਨ ਨਸ਼ਾ ਸੁੱਟਦਾ ਹੈ ਜਾਂ ਬਾਕੀ ਸਮਾਨ ਹੁਣ ਘਾਗਰੀ ਤਕਨੀਕ ਵੀ ਦੱਸਣ ਵਾਲੀ ਇਹ ਦੱਸ ਦਿਆ ਵੀ ਡਰੋਨ ਆਉਂਦਾ ਹੈ ਉਹ ਉੱਥੇ ਆਉਂਦਾ ਹੈ ਜਿੱਥੇ ਉਹਨੂੰ ਲੋਕੇਸ਼ਨ ਦੱਸੀ ਗਈ ਹੁੰਦੀ ਉਹ ਲੋਕੇਸ਼ਨ ਭਾਵੇਂ ਹਾਂ ਵੀ ਭਾਵੇਂ ਟੁਰੀ ਜਾਂਦੀ ਗੱਡੀ ਨੇ ਸੜਕ ਦੇ ਉੱਪਰ ਲੋਕੇਸ਼ਨ ਦੱਸੀ ਹੋਵੇ ਉਸ ਤੋਂ ਬਾਅਦ ਤੁਸੀਂ ਦੇਖੋ ਵੀ ਜੇ ਉੱਪਰੋਂ ਡਰੋਨ ਆਇਆ ਸੜਕ ਦੇ ਉੱਤੇ ਲੋਕੇਸ਼ਨਾਂ ਉੱਤੋਂ ਸਮਾਨ ਉਹਨੇ ਸਿੱਧਾ ਸੁੱਟਿਆ ਗੱਡੀ ਟੁਰੀ ਤੇ ਫਿਰ ਉਹ ਵਾਪਸ ਚੱਲ ਗਿਆ ਗੱਡੀ ਵੀ ਚੱਲ ਗਈ ਫਿਰ ਤੁਸੀਂ ਕੀ ਲੱਭੋਗੇ ਤੇ ਜੇ ਅਜੇ ਤੱਕ ਆਪਾਂ ਉਹ ਡਰੋਨ ਨੂੰ ਰੋਕਣ ਵਾਲੀਆਂ ਤਕਨੀਕਾਂ ਲਾਈਆਂ ਹੀ ਨਹੀਂ ਜਾਂ ਇਹ ਚਰਚਾ ਹੀ ਚੱਲੀ ਜਾਂਦੀ ਹੈ ਤੇ ਫਿਰ ਆਪਾਂ ਕਦੋਂ ਉਹਨਾਂ ਤਸਕਰਾਂ ਨਾਲ ਜਾਂ ਕਹਿ ਲਓ ਕਿ ਜਿਹੜੇ ਦੇਸ਼ ਤੇ ਦੁਸ਼ਮਣ ਨੇ ਉਹਨਾਂ ਦੇ ਨਾਲ ਕਦੋਂ ਜਾ ਕੇ ਮਤਲਬ ਆਡਾ ਲਾਵਾਂਗੇ ਚਲੋ ਜੇ ਹੁਣ ਰਾਜਪਾਲ ਸਾਹਿਬ ਨੇ ਗੱਲ ਕਹੀਏ ਤੇ ਆਪਾਂ ਪਾਸ ਕਰਦੇ ਆਂ ਕਿ ਉਹਦੇ ਤੇ ਕੋਈ ਨਾ ਕੋ ਹੱਲ ਹੋਊਗਾ ਦੂਜੀ ਗੱਲ ਜਿਹੜੀ ਮੈਨੂੰ ਲੱਗਦਾ ਕਿ ਇੱਕ ਮੈਥੇ ਬਿੰਦੀ ਹਾਂ ਹਾਂ ਮੈਂ ਕਹਿੰਨਾ ਰਾਜਪਾਲ ਸਾਹਿਬ ਕਿੰਨੇ 100 ਕਿਲੋਮੀਟਰ ਲੰਬੀ ਪੰਜਾਬ ਦੀ ਹੱਦ ਹੈ ਤੁਸੀਂ ਕਰਾ ਦਿਓ ਅਸੀਂ ਤੁਹਾਡਾ ਧੰਨਵਾਦ ਕਰਾਂਗੇ ਆ ਬਾਗੇ ਨੇ ਇੱਕ ਫੁੱਲ ਬਾਡੀ ਸਕੈਨਰ ਵੀ ਨਾਲ ਲਵਾ ਦੇ ਉਹ ਕਿਤੇ ਉਹ ਵੀ ਹੁੰਦਾ ਨਾ ਕਿ ਪਾਈ ਚਲੋ ਤੁਸੀਂ ਦੋ ਕਾਟਲ ਗੋਭੀ ਲਿਆਉਣੀਆਂ ਤੇ ਨਾਲ ਪਾਈਆ ਮਿਰਚਾਂ ਲੈ ਇੰਨਾ ਕੀ ਆ ਸਾਡੇ ਟਰੱਕ ਟਰੱਕ ਪੂਰੇ ਸਕੈਨ ਹੋ ਕੇ ਲੰਘਣ ਵਪਾਰ ਚੱਲੇ ਮੈਂ ਕਾਹ ਕਹਦੇ ਆ ਨਹੀਂ ਨਹੀਂ ਤੁਸੀਂ ਕਹਿ ਦਿਓ ਪਰ ਗੱਲ ਇਹ ਆ ਨਾ ਜਿਹੜੀ ਗੱਲ ਉਹਨਾਂ ਨੇ ਕਹੀ ਉਧਰ ਨਿਸ਼ਾਨਾ ਕਿਸੇ ਹੋਰ ਪਾਸੇ ਹੈ ਜਿਹੜੇ ਸਕੈਨਰ ਹੈ ਕਿਤੇ ਹੋਰ ਥਾਂ ਤੇ ਲੱਗਣੇ ਹੋ ਸਕਦਾ ਰਾਜ ਜਿੱਦਾਂ ਰਾਜਪਾਲ ਸਾਹਿਬ ਨੇ ਇੱਧਰ ਕਿਹਾ ਵੀ ਸਮਾਨ ਨਹੀਂ ਉਹਨਾਂ ਕੋਲੇ ਹੈਗਾ ਮਿਲਣ ਦਾ ਜੀ ਉਹਦਾ ਜਿਹੜੀ ਗੱਲ ਤੁਸੀਂ ਪੁੱਛੀ ਹੋਵੇ ਉਹਦੇ ਤੇ ਫਿਰ ਕਹਿੰਦੇ ਵੀ ਜਿੱਥੇ ਮੈਂ ਜਾਣਾ ਉਧਰੋਂ ਸਮਾਨ ਨਹੀਂ ਮਿਲਦਾ ਯਾਰ ਦੱਸਣ ਦਾ ਹਾਂ ਚਲੋ ਇੱਕ ਗੱਲ ਤੇ ਹੈਗੀ ਚੰਗੀ ਗੱਲ ਹੈ ਦੇਖੋ ਮੈਂ ਨਾ ਵੀ ਇੱਥੇ ਆਪਾਂ ਮੁੱਖ ਮੰਤਰੀ ਸਾਹਿਬ ਦੀ ਗੱਲ ਕਰਦੀ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਉਹ ਕਹਿੰਦੇ ਵੀ ਰਾਜਪਾਲ ਸਾਹਿਬ ਦੀ ਜਿਹੜੀ ਸਰਗਰਮੀ ਆ ਉਹ ਬਿਲਕੁਲ ਉਹਨਾਂ ਰਾਜਾਂ ਦੇ ਵਿੱਚ ਹੀ ਸਰਗਰਮੀਆਂ ਜਿੱਨਾਂ ਰਾਜਾਂ ਦੇ ਵਿੱਚ ਬੀਜੇਪੀ ਵਿਰੋਧੀ ਸਰ ਉਹ ਕਹਿੰਦੇ ਵੀ ਹੁਣ ਰਾਜਪਾਲ ਸਾਹਿਬ ਮੇਰੀ ਅੱਧੀ ਸਰਕਾਰ ਨਾਲ ਲਈ ਫਿਰਦੇ ਰਹਿੰਦੇ ਨੇ 532 ਕਿਲੋਮੀਟਰ ਚਰਾਦ ਦਸੀ ਉਹਨਾਂ ਨੇ ਉਹ ਕਹਿੰਦੇ ਵੀ ਉਹਦੇ ਤੇ ਹੋਰ ਕਈ ਕੁਝ ਕਰਨ ਵਾਲਾ ਜਾਂ ਕਈ ਹਸਾਬ ਤਾਬ ਕਰਨ ਵਾਲੇ ਨੇ ਉਹਦੇ ਨਾਲੋਂ ਚੰਗਾ ਵੀ ਕੇਂਦਰ ਸਰਕਾਰ ਦੇ ਨਾਲ ਕੁਝ ਪੰਜਾਬ ਦਾ ਕਰ ਲੈਣ ਤੇ ਜੇ ਇਹੋ ਕੁਛ ੜਿੱਕੇ ਪਾਉਣ ਵਾਲੇ ਕੰਮ ਕਰਨਾ ਤੇ ਫਿਰ ਤੇ ਕੋਲ ਮਲਾ ਕੇ ਤਾਂ ਆਪਾਂ ਨੂੰ ਕਲੀਅਰ ਹੁੰਦਾ ਹੀ ਆ ਵੀ ਸਿਆਸਤ ਆਪਣੀ ਥਾਂ ਤੇ ਕੰਮ ਕਰ ਰਹੀ ਹੈ ਤੇ ਲੋਕ ਉਚਾਰੇ ਆਪਣੀ ਥਾਂ ਤੇ ਰਗੜੇ ਜਾ ਰਹੇ ਆ ਹੁਣ ਇੱਕ ਗੱਲ ਹੋ ਗਈ ਕਿ ਵੋਟਾਂ ਲੰਘੀਆਂ ਵੋਟਾਂ ਤੋਂ ਬਾਅਦ ਸਰਕਾਰ ਨੂੰ ਲੱਗਦਾ ਵੀ ਅਸੀਂ ਹੁਣ ਕੰਮ ਕਰਨਾ ਪਰ ਨਾਲ ਦੀ ਨਾਲ ਰਾਜਪਾਲ ਸਾਹਿਬ ਦੀ ਜਿਸ ਤਰ੍ਹਾਂ ਸਰਗਰਮੀ ਵਧ ਗਈ ਆ ਹੋ ਸਕਦਾ ਇਸ ਵਾਰੀ ਨਹੀਂ ਤੇ ਅਗਲੇ ਆਉਣ ਵਾਲੇ 2-4 ਦਿਨਾਂ ਦੇ ਵਿੱਚ ਜਾਂ ਕਿਸੇ ਹੋਰ ਅਗਲੇ ਗੇੜੇ ਦੇ ਵਿੱਚ ਪੀਚਾ ਪੈ ਹੀ ਜਾਵੇ ਬਿਆਨ ਨਾਲ। ਲੋ ਜੀ ਸੰਧਾਲੀਆਂ ਸਭ ਤਿਆਰੀ ਖਿੱਚ ਲੈਣੀ ਚਾਹੀਦੀ ਆ ਤੁਸੀਂ ਪਿੱਛੇ ਆਪਣੇ ਬੰਦਿਆਂ ਨੂੰ ਸੁਨੇਹ ਲਾ ਦਿਓ। ਸੁਨੇਹੇ ਲਾ ਦਿਓ ਕਿ ਭਾਈ ਜਿਹੜੇ ਵੱਡੇ ਸ਼ਹਿਰ ਨੇ ਉੱਥੇ ਤੇ ਜਿਹੜੇ ਛੋਟੇ ਸ਼ਹਿਰ ਨੇ ਪੰਜਾਬ ਦੇ ਉੱਥੇ। ਜਿਹੜੇ ਬੰਦੇ ਡੰਡ ਬੈਠਕਾ ਮਾਰਨ ਦੇ ਚਾਹਵਨ ਨੇ ਉਹ ਡੰਡ ਬੈਠਕਾ ਮਾਰ ਲਓ ਕਿਉਂਕਿ ਮਸਲਾ ਹਾਈ ਕੋਰਟ ਪਹੁੰਚ ਗਿਆ ਕਿਸੇ ਵੀ ਵੇਲੇ ਉੱਥੇ ਵੋਟਾਂ ਪੈ ਸਕਦੀਆਂ। ਪਹਿਲਾਂ ਤੇ ਇੱਕ ਪਟੀਸ਼ਨ ਹਾਈ ਕੋਰਟ ਗਈ ਸੀ ਕਿ ਪੰਜਾਬ ਦੇ ਪੰਜ ਵੱਡੇ ਸ਼ਹਿਰ ਜਿਹੜੇ ਆ ਉੱਥੇ ਨਗਰ ਨਿਗਮ ਦਾ ਕਾਰਜਕਾਲ ਲੋਕਾਂ ਦੇ ਚੁਣੇ ਨੁਮਾਇੰਦਿਆਂ ਦਾ ਕੰਮ ਨੇ ਬੜ ਗਿਆ ਪ੍ਰਬੰਧਕ ਲੱਗੇ ਹੋਆ ਤੇ ਵੋਟਾਂ ਪਵਾਈਆਂ ਜਾਣ ਉਹ ਕੇਸ ਚੱਲਦਾ ਹੁਣ 42 ਨਗਰ ਕੌਂਸਲਾਂ ਨੇ ਜਾਨੀ ਉਹ ਸ਼ਹਿਰ ਨਾ ਤਾਂ ਵੱਡੇ ਹੁੰਦੇ ਆ ਤੇ ਨਾ ਛੋਟੇ ਹੁੰਦੇ ਆ ਵਿਚਾਲੇ ਵਾਲੇ ਮੇਲਦੇ ਹੁੰਦੇ ਆ ਕਿ ਉਹ 42 ਨਗਰ ਕੌਂਸਲਾਂ ਦਾ ਕੰਮ ਖਤਮ ਹੋਏ ਨੂੰ ਵੀ ਬਹੁਤ ਸਮਾਂ ਹੋ ਗਿਆ ਉੱਥੇ ਵੀ ਪ੍ਰਬੰਧਕ ਲੱਗੇ ਹੋਆ ਪਟੀਸ਼ਨ ਕਰਤਾ ਬੀਨਤ ਸਿੰਘ ਆ ਤੇ ਉਹਨੇ ਬੇਨਤੀ ਕੀਤੀ ਆ ਜੀ ਕਿ ਲੋਕਾਂ ਦੇ ਕੰਮ ਧੰਦੇ ਨਹੀਂ ਹੋ ਰਿਹਾ ਵੇਲੇ ਸਿਰ ਇਸ ਕਰਕੇ ਵੋਟਾਂ ਪਵਾ ਕੇ ਲੋਕਾਂ ਦੇ ਜਿਹੜੇ ਚੁਣੇ ਪ੍ਰਤੀਨਿਧ ਨੇ ਉਹਨਾਂ ਦੇ ਹੱਥ ਸ਼ੇਰਾਂ ਦੀ ਬਾਗ ਡੋ ਮੈਨੂੰ ਚੇਤਾ ਆਉਂਦਾ ਸੀ ਕਿ ਪਿਛਲੇ ਸਾਲ 1 ਅਗਸਤ ਨੂੰ ਇੱਕ ਐਲਾਨ ਹੋ ਗਿਆ ਸੀ ਨਵੰਬਰ ਦੇ ਪਹਿਲੇ ਹਫਤੇ 'ਚ ਵੋਟਾਂ ਪੈਣੀਆਂ ਸੀ ਫਿਰ ਚਲੋ ਕਈ ਕਾਰਨਾਂ ਦੇ ਕਰਕੇ ਉਹ ਕੰਮ ਅੱਧ ਵਿਚ ਰਹਿ ਗਿਆ ਪਰ ਉਹਦੀ ਤੋਂ ਬਾਅਦ ਤਾਂ ਹੁਣ ਸਾਲ ਉਹ ਚੱਲਾ 5 ਦਿਨਾਂ ਨੂੰ 1 ਅਗਸਤ ਫੇਰ ਆਈ ਲੋ ਜੇ ਸੰਧਾਲੀਆਂ ਸਭ ਹਾਈ ਕੋਰਟ ਨੇ ਪੁੱਛ ਲਿਆ ਸਰਕਾਰ ਨੂੰ ਸਰਕਾਰ ਨੇ ਦੇਖਣਾ ਜੀ ਅਸੀਂ ਤਿਆਰ ਵੋਟਰ ਸੂਚੀਆਂ ਬਣੀਆਂ ਹੋਈਆਂ ਸਾਨੂੰ 2-3 ਮਹੀਨੇ ਦੇ ਦਿਓ ਇਹਦਾ ਮਤਲਬ ਹੈ ਕਿ ਅਕਤੂਬਰ ਮਹੀਨੇ ਤੱਕ ਜਦੋਂ ਗਰਮੀ ਥੋੜੀ ਜਿਹੀ ਘਟਦੀ ਹੈ ਕਿਸੇ ਵੀ ਵੇਲੇ ਸ਼ਹਿਰਾਂ ਦੀਆਂ ਪੰਚੀਆਂ ਸਰਪੰਚੀਆਂ ਲਈ ਦਗੜ-ਦਗੜ ਹੋ ਸਕਦੀ ਹੈ ਇਹ ਤੇ ਪਿੰਡ ਵਾਲਿਆਂ ਕਿਹੜੀਆਂ ਹੋ ਗਈਆਂ ਜੇ ਉਹ ਆਪਾਂ ਬਾਅਦ ਚ ਕਰਨੀਆਂ ਨਹੀਂ ਨਹੀਂ ਇਹ ਕੋਈ ਗੱਲ ਥੋੜਾ ਮਤਲਬ ਸ਼ਹਿਰ ਆਵੇ ਤੁਹਾਨੂੰ ਪੇਗਰ ਹੈ ਤੇ ਪਿੰਡਾਂ ਵਾਲੇ ਵਿਚਾਰੇ ਤੁਸੀਂ ਦੇਖੋ ਉਹ ਮਾਰੇ ਮੈਨੂੰ ਇਹ ਸੀ ਇੱਕ ਵਾਰੀ ਤੁਸੀਂ ਨਾ ਲੈਤਾ ਹਵੇਲੀਆਂ ਦੇ ਕੁੰਡੇ ਖੁੱਲ ਜਾਣੇ ਆ ਤਕਾਣਾ ਨੂੰ ਮੇਰੇ ਵਰਗੇ ਸ਼ਾਮ ਨੂੰ ਆ ਮੈਨੂੰ ਪਤਾ ਲੱਗਾ ਇਹ ਭਾ ਪੈ ਕਿ ਸਰਪੰਚੀ ਤੇ ਖਦਨਾ ਹੱਦ ਨਹੀਂ ਹਿੱਲਦੇ ਨਹੀਂ ਨਹੀਂ ਇਹ ਦੇ ਇਹਦੇ ਕਈ ਥਾਂ ਆਲਰੇਡੀ ਸਾਲ ਹੋ ਗਿਆ ਚੱਲਦੇ ਨੂੰ ਕਿਉਂਕਿ ਰੌਲਾ ਇਹ ਆ ਨਾ ਜਦੋਂ ਪਹਿਲੀਆਂ ਇੱਕ ਰਾ ਸਰਪੰਚੀਆਂ ਭਾਂ ਗਿੱਤੀਆਂ ਸੀ ਉਦੋਂ ਬਾਅਦ ਚਲੋ ਅਦਾਲਤੀ ਚਾਰਾ ਜੋਈ ਤੋਂ ਬਾਅਦ ਦੁਬਾਰਾ ਬਿਆਹ ਬਹਾਲ ਹੋ ਗਏ ਉਦੋਂ ਬਾਅਦ ਜਦੋਂ ਸਮਾ ਮੋ ਗਿਆ ਤੇ ਉਦੋਂ ਤੋਂ ਹੀ ਜਿਹੜੇ ਬੰਦੇ ਚਾਹਵਾਨ ਸੀ ਜਿਨ੍ਹਾਂ ਨੂੰ ਲੱਗਦਾ ਸੀ ਕਿਉਂਕਿ ਦੇਖੋ ਇੱਕ ਗੱਲ ਤੇ ਹੈ ਕਿ ਪੰਜਾਬ ਦੇ ਵਿੱਚ ਉੱਪਰ ਇੱਕ ਚੇਂਜ ਆਈ ਕਿਉਂਕਿ ਪਹਿਲਾਂ ਕਾਂਗਰਸ ਹੁੰਦੀ ਸੀ ਜਾਂ ਅਕਾਲੀ ਦਲ ਹੁੰਦਾ ਸੀ ਜਾਂ ਅਕਾਲੀ ਭਾਜਪਾ ਹੁੰਦੀ ਸੀ ਭਾਜਪਾ ਦੇ ਸ਼ਹਿਰ ਪਿੰਡਾਂ 'ਚ ਹੈ ਨਹੀਂ ਆਪਾਂ ਅਕਾਲੀ ਕਾਂਗਰਸੀ ਕਹਿ ਲੀਏ ਦੋ ਧੜੇ ਹੁੰਦੇ ਸੀ ਜਾਂ ਕਈਆਂ ਥਾਵਾਂ ਤੇ ਕਾਂਗਰਸ ਦੇ ਦੋ ਧੜੇ ਹੁੰਦੇ ਸੀ ਕਈਆਂ ਥਾਵਾਂ ਤੇ ਅਕਾਲੀਆਂ ਦੇ ਦੋ ਧੜੇ ਹੁੰਦੇ ਸੀ ਉਹਦੇ ਵਿੱਚ ਐਂਟਰੀ ਹੁੰਦੀ ਆਮ ਆਦਮੀ ਪਾਰਟੀ ਦੀ ਹੁਣ ਆਮ ਆਦਮੀ ਪਾਰਟੀ ਨੂੰ ਸੁਖਨਾ ਦੋ ਸਾਲ ਹੋ ਗਏ ਕਈ ਬੰਦੇ ਨੂੰ ਮਤਲਬ ਨਵੀਂ ਲੀਡਰੀ ਦਾ ਸ਼ੌਕ ਹੁੰਦਾ ਤੇ ਲੀਡਰੀ ਪਿੰਡ ਪੱਧਰ ਤੇ ਤੇ ਸਰਪੰਚੀ ਦੀ ਹੁੰਦੀ ਹੈ ਹੋਰ ਲੀਡਰੀ ਦੇ ਪਿੰਡ ਚ ਕਿਹੜਾ ਐਮ ਐਲ ਏ ਬਣਾਉਣਾ ਹੈ ਅਗਲੇ ਨੇ ਸਧਾੜਿਆ ਸਾਹਿਬ ਨਾ ਜ਼ੋਰ ਲਾਓ ਮੈਂ ਤੁਹਾਨੂੰ ਦੱਸ ਦਿੰਨਾ ਆਪਣਾ ਪ੍ਰੋਗਰਾਮ ਪੰਜਾਬ ਚ ਚੱਲਦਾ ਸਵੇਰੇ ਹੂੰ ਕਈ ਬੰਦੇ ਜਿਹੜੇ ਸਰਪੰਚੀ ਦੇ ਚਾਹਵਾਨ ਨੇ ਨਗਰ ਕੌਂਸਲ ਦੇ ਕੌਂਸਲਰ ਬਣਦੇ ਚਾਹਵਾਨ ਨੇ ਨਿਗਮ ਦੇ ਕੌਂਸਲਰ ਬਣਦੇ ਚਾਹਵਾਨ ਉਹ ਸਵੇਰੇ ਕਰਦੇ ਹੁੰਦੇ ਆਪਣੇ ਪ੍ਰੋਗਰਾਮ ਦੇ ਸਮੇਂ ਸਹਿਰ ਪ੍ਰੋਗਰਾਮੋਂ ਨਾਲ-ਨਾਲ ਸੁਣਦੇ ਜਾਂਦੇ ਹੁੰਦੇ ਇਹ ਨਾ ਹੋਵੇ ਕਿ ਸੈਰ ਅਜੇ ਅੱਧ ਤੱਕ ਬਣਾ ਗਏ ਉਹ ਤੋਂ ਉੱਥੇ ਮੁੜੇ ਉਹ ਯਾਰ ਹਵੇਲੀ ਦੀ ਸਫਾਈ ਕਰਾਓ ਅੱਜ ਆ ਥੋੜਾ ਜਿਹਾ ਸਮਾਨ ਲੈ ਕੇ ਦੇਣਾ ਉਹ ਲੈ ਕੇ ਆਓ ਤੇ ਆ ਨਾ ਆ ਚਾਰ ਪੰਜ ਬੰਦਿਆਂ ਨੂੰ ਜਿਸਨੇ ਇਹ ਲਾਇਓ ਇਹਨਾਂ ਨੂੰ ਦੁਪਹਿਰ ਨੂੰ ਮਿਲਦੇ ਆ ਇਹਨਾਂ ਨੂੰ ਕਮਾ ਕੇ ਬਾਕੀ ਬੰਦੇ ਤਕਾਲਾਂ ਲੈ ਕੇ ਆਏ ਤੁਸੀਂ ਨਾ ਕਰੋ ਇਦਾਂ ਨਹੀਂ ਮੈਂ ਮੈਂ ਇਸ਼ਾਰਾ ਤਾਂ ਕਰ ਰਿਹਾ ਇਹ ਥੋੜਾ ਜਿਹਾ ਇਸ਼ਾਰਾ ਸਰਕਾਰ ਵਾਲੇ ਪਾਸੇ ਵੀ ਵੀ ਤੁਸੀਂ ਦੇਖੋ ਵੀ ਜੇ ਮਾਲੋ ਐ ਸਾਲ ਵੀ ਲੰਘ ਜਾਂਦਾ ਤੇ ਸਾਲ ਤਾਂ ਤਿੰਨ ਲੰਘ ਇਹਨਾਂ ਦੀ ਸਰਕਾਰ ਦੀ ਮਗਰ ਬਚੇ ਦੋ ਤੇ ਜੋਨੇਕ ਜਰ ਨੂੰ ਇਹ ਆਖੇ ਵੀ ਹਾਂ ਵੀ ਆ ਰੂਪੀਆ ਆਪਾਂ ਨੂੰ ਆਪਣੀ ਪਾਰਟੀ ਦਾ ਬੰਦਾ ਸਰਪੰਚ ਬਣਾ ਫੇਰ ਕੌਣ ਬਣਦਾ ਉਹ ਕਹਿੰਦਾ ਦੋ ਦਾ ਸਾਲ ਰਹਿ ਗਿਆ ਇਹਨਾਂ ਦੇ ਕੋਈ ਨਹੀਂ ਅਗਲਾ ਬਣਾਓ ਵੀ ਅਗਲੇ ਕਿਹੜੇ ਆਉਣਿਆ ਵੀ ਜਿਹੜੀ ਗੇਮ ਪਲੈਨਿੰਗ ਇਹਨਾਂ ਦੀ ਆਪਣੀ ਸੀ ਕਿਤੇ ਇਹ ਨਾ ਹੋਇਓ ਤਰਿ ਤਰਾਈ ਰਹਿ ਜੇ ਬਾਕੀ ਚਲੋ ਤੁਸੀਂ ਜਿੱਦਾ ਕਿਹਾ ਕਿ ਅਕਤੂਬਰ ਤੱਕ ਇਹ ਹੋਣਾ ਅਕਤੂਬਰ ਤੱਕ ਜ਼ਿਮਨੀ ਚੋਣਾ ਵੀ ਹੋਣੀਆਂ ਉਹ 드라마 ਆਦਮੀ ਪਾਰਟੀ ਵਾਲਿਆਂ ਨੇ ਮੇਰੇ ਖਿਆਲ ਇੰਚਾਰਜ ਵੀ ਲਾ ਦਿੱਤੇ ਨੇ ਚਾਰ ਮੰਤਰੀ ਸਾਹਿਬ ਮੰਤਰੀ ਹੁਣ ਇੱਕ ਤਾਂ ਨਹੀਂ ਉਹਨਾਂ ਵਿੱਚੋਂ ਇੱਕ ਕੈਂਪੀ ਨੇ ਅੱਜਕੱਲ ਕਿਉਂਕਿ ਹੁਣ ਮੀਤੇਰ ਸਾਹਿਬ ਦਾ ਹੌਲੀ ਹੌਲੀ ਚੇਤਾ ਆਊ ਅਮਨਰੂੜਾ ਸਾਹਿਬ ਨੇ ਜੇ ਸਿੱਖਿਆ ਮੰਤਰੀ ਹਰਜੋਤ ਸਿੰਘ ਓਰੀ ਨੇ ਦੇਖੋ ਸੰਧਾਲੀ ਅਸ ਚਾਰਜ ਤਾਂ ਲਾਉਣੇ ਪੈਣੇ ਆ ਆਮ ਆਦਮੀ ਪਾਰਟੀ ਨੂੰ ਕਿਉਂਕਿ ਪਿਛਲੀ ਵਾਰੀ ਡੇਰਾ ਬਾਬਾ ਨਾਨਕ ਵਿਹਾਰੀ ਸੀ ਇਹਨਾਂ ਨੇ ਚੱਬੇਵਾਲ ਵੀ ਹਾਰੀ ਸੀ ਇਹਨਾਂ ਨੇ ਗਿੱਦੜਬਾਹਾ ਵੀ ਹਾਰੀ ਸੀ ਇਹਨਾਂ ਨੇ ਸਿਰਫ ਬਰਨਾਲਾ ਜਿੱਤੀ ਸੀ ਸੋ ਜਦੋਂ ਤੁਸੀਂ ਜਿਹੜੀਆਂ ਚੋਣਾਂ ਹੋਣੀਆਂ ਉਹਦੇ ਵਿੱਚੋਂ 75% ਹਲਕੇ ਪਿਛਲੀ ਵਾਰੀ ਤੁਹਾਡੇ ਨਹੀਂ ਸੀ ਇੰਚਾਰਜ ਫਿਰ ਬਾਕੀਆਂ ਤੋਂ ਪਹਿਲਾਂ ਤਾਂ ਲਾਉਣੇ ਬਣਦੇ ਸੀ ਉਹਨਾਂ ਦੀਆਂ ਡਿਊਟੀਆਂ ਹਾਂ ਅਸੀਂ ਇੰਨੀ ਗੱਲ ਜ਼ਰੂਰ ਚਾਹਾਂਗੇ ਕਿ ਉਥੇ ਹੁਣ ਜਦੋਂ ਆਮ ਆਦਮੀ ਪਾਰਟੀ ਵਾਲੇ ਇਨਚਾਰਜ ਲਾਤੇ ਆ ਤੇ ਆਮ ਲੋਕਾਂ ਦੇ ਮਸਲੇ ਚੱਕੇ ਜਾਣ ਇਹ ਤੋਂ ਪਹਿਲਾਂ ਕਿ ਕੋਡ ਆਫ ਕੰਡਕਟ ਲੱਗ ਜਾਵੇ ਜਿਸ ਦੇ ਕੰਮ ਧੰਦੇ ਕਰਨ ਵਾਲੇ ਕਰਾ ਲੈਣ ਤੇ ਲੋਕਾਂ ਨੂੰ ਵੀ ਇਹ ਬੇਨਤੀਆਂ ਦੇ ਕਰਾ ਕਰੂ ਲੋਪਾਈ ਜੇ ਕੁਝ ਹੋਣ ਵਾਲਾ ਹੈਗਾ ਤਾਂ ਕਿਉਂਕਿ ਇਹ ਸਮਾਂ ਹੀ ਹੁੰਦਾ ਸੰਧਾਲੀਆ ਸਾਹਿਬ ਨਹੀਂ ਆ ਜੇ ਮੈਂ ਸਰਪੰਚ ਦੀ ਗੱਲ ਕਰਕੇ ਵੀ ਲੀਆਂ ਸਾਫ ਕਰਾਈਆਂ ਸੀ ਤੇ ਹੱਸ ਗੱਲ ਨਾਲ ਤੁਸੀਂ ਲੀਡਰਾਂ ਦੇ ਪੈਰ ਮਿੱਦਣ ਨਹੀਂ ਲਾਇਆ ਲੋਕਾਂ ਨੂੰ ਤੁਸੀਂ ਲੋਕਾਂ ਦੇ ਲੀਵਰ ਖਰਾਬ ਕਰਾਉਣਾ ਹੀ ਮੈਂ ਕੰਮ ਕਰਾਉਂਦਾ ਵੇ ਕੰਮ ਕਿਹੜਾ ਸੌਖੀ ਹੋ ਜਣੇ ਉਥੇ ਕਿਉਂਕਿ ਕੇਵਲੇ ਹੁੰਦਾ ਨਾ ਐਵੇਂ ਟੇਢੇ ਜੇ ਕੰਮ ਕਰਕੇ ਅਗਲਾ ਬੰਦਾ ਬੈਠਾਂਦਾ ਆਹੀਂ ਉਦੋਂ ਤੇਰੇ ਪਿੱਛੇ ਸਦਾਰਾ ਜੁੱਤੀਆਂ ਤੜਾਲੀਆਂ ਜਾਂ ਤੇਰਾ ਕੰਮ ਔ ਤੂੰ ਕਾਹਦਾ ਮੰਤਰੀ ਜੇ ਤੂੰ ਸਾਡੀ ਕੰਧ ਹੀ ਨਹੀਂ ਕਰਾਉਣੀ ਕੰਧ ਹੀ ਨਹੀਂ ਕਰਾਉਂਗਾ ਅਗਲਾ ਕੀ ਆ ਯਾਰ ਮੈਂ ਕਿਦਾਂ ਕਰਾਵਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਣਾ ਨੇ ਅਨਾਉਂਸ ਕਰ ਦਿੱਤਾ ਕਹਿੰਦੇ ਮੈਂ ਇਹ ਨੀਤੀਯੋਗ ਦੀ ਬੈਠਕ ਚ ਜਾਣਾ ਜਦੋਂ 10ਵੀਂ 10ਵੀਂ ਤੱਕ ਪੜ੍ਹਦੇ ਹੁੰਦੇ ਸੀ ਸੰਧਾਲਿਆ ਸਭ ਤੋਂ ਉਹਦੇ ਵਿੱਚ ਹੁੰਦਾ ਸੀ ਕਿ ਪਲੈਨਿੰਗ ਕਮਿਸ਼ਨ ਦੀ ਕੀ ਮਹੱਤਤਾ ਹੈ ਪਲੈਨਿੰਗ ਕਮਿਸ਼ਨ ਕਿੰਨੇ ਸਮੇਂ ਲਈ ਬਣਦਾ ਹੈ ਪਲੈਨਿੰਗ ਕਮਿਸ਼ਨ ਕਿਵੇਂ ਕੰਮ ਕਰਦਾ ਹੈ ਪਹਿਲਾਂ ਪਲੈਨਿੰਗ ਕਮਿਸ਼ਨ ਹੁੰਦਾ ਸੀ ਤੇ ਮੋਦੀ ਸਾਹਿਬ ਦੀ ਸਰਕਾਰ ਬਣੀ ਭਾਰਤ ਦੇ ਵਿੱਚ ਤੋਂ ਉਹਨਾਂ ਨੇ ਪਲੈਨਿੰਗ ਕਮਿਸ਼ਨ ਦੀ ਜਗ੍ਹਾ ਦੇ ਉੱਤੇ ਨੀਤੀ ਆਯੋਗ ਕਰਤਾ ਇਹ ਜਿਹੜਾ ਵਿੱਤ ਕਮਿਸ਼ਨ ਆਇਆ ਸੀ 2-3 ਦਿਨ ਪਹਿਲਾਂ ਪੰਜਾਬ 'ਚ ਇਹ ਉਹਦੇ ਨਾਲੋਂ ਵੱਖਰਾ ਉਹ 5 ਸਾਲ ਦੀਆਂ ਨੀਤੀਆਂ ਬਣਾਉਂਦੇ ਆ ਹੂੰ ਕੇਂਦਰ ਸਰਕਾਰ ਉਹਨਾਂ ਦੀ ਹਰ ਗੱਲ ਮੰਨਦੀ ਹੈ ਪੈਸੇ ਕਿੰਨੇ ਕਿਹਨੂੰ ਦੇਣੇ ਆ ਇਹ ਜਿਹੜਾ ਭਰੇਗਾ ਹੁੰਨ ਵਾਲਾ ਨੀਤੀ ਆਯੋਗ ਇਹ ਪਲੈਨਿੰਗ ਜੀ ਬਣਾ ਕੇ ਦਿੰਦੇ ਨੇ ਦੀ ਹਰ ਗੱਲ ਮੰਨੀ ਜਾਵੇ ਨਾ ਮੰਨੀ ਜਾਵੇ ਉਹ ਜ਼ਰੂਰੀ ਨਹੀਂ ਹੁੰਦਾ ਪਰ ਇਹ ਤਿੰਨ ਹੀ ਮੀਟਿੰਗ ਹੁੰਦੀ ਆ ਕਦੇ ਵਿੱਤ ਮੰਤਰੀ ਜਾਂਦੇ ਆ ਸੂਬਿਆਂ ਦੇ ਕਦੇ ਮੁੱਖ ਮੰਤਰੀ ਐਤਕੀਆ ਬਜਟ ਤੋਂ ਬਾਅਦ ਸਾਰੇ ਕਾਂਗਰਸੀ ਸੀਐਮ ਜਿਹੜੇ ਆ ਸੁਖੂ ਸਾਹਿਬ ਹਰਿਆਣੇ ਵਾਲੇ ਉਹ ਸੌਰੀ ਹਿਮਾਚਲ ਵਾਲੇ ਕਰਨਾਟਕ ਵਾਲੇ ਸਿਧਾਰਮਈਆ ਸਾਹਿਬ ਤੇ ਜਿੱਥੇ-ਜਿੱਥੇ ਵੀ ਕਿਤੇ ਕਾਂਗਰਸੀਆਂ ਸਰਕਾਰਾਂ ਉਹਨਾਂ ਨੇ ਕਹਤਾ ਜੀ ਅਸੀਂ ਬਾਈਕਾਟ ਕਰਨਾ ਅਸੀਂ ਨਹੀਂ ਜਾਣਾ ਤੇ ਉਹਦਾ ਕਾਰਨ ਕੀ ਦੱਸਿਆ ਕਹਿੰਦੇ ਜਦ ਕੇਂਦਰ ਸਰਕਾਰ ਦੇ ਬਜਟ ਚ ਸਿਰਫ ਬੀਜੇਪੀ ਤੇ ਉਹਦੇ ਸਹਿਯੋਗੀ ਪਾਰਟੀਆਂ ਦੇ ਸੂਬੇ ਵਾਲੀਆਂ ਸਰਕਾਰਾਂ ਨੂੰ ਹੀ ਪੈਸੇ ਦੇਣੇ ਆ। ਜੇ ਸਾਨੂੰ ਤੁਸੀਂ ਟਕੇ ਸਿਰ ਵੀ ਨਹੀਂ ਪੁੱਛਣਾ। ਅਸੀਂ ਤੁਹਾਡਾ ਚਾਹ ਪੀਣ ਤੇ ਸਮੋਸਾ ਖਾਣ ਥੋੜੀ ਆਉਣਾ। ਹੂੰ। ਫੇਰ ਬੀਬੀ ਮਮਤਾ ਬੇਨਰਜੀ ਨੇ ਕਹਿਤਾ ਜੀ ਅਸੀਂ ਵੀ ਨਹੀਂ ਆਉਣਾ। ਫੇਰ ਉਧਰਲੇ ਪਾਸੇ ਤਾਮਿਲਨਾਡੂ ਵਾਲੇ ਮੁੱਖ ਮੰਤਰੀ ਸਟਾਲਿਨ ਸਾਹਿਬ ਨੇ ਕਹਿਤਾ ਅਸੀਂ ਨਹੀਂ ਆਉਣਾ। ਉਧਰਲੇ ਪਾਸੇ ਕੇਰਲਾ ਵਾਲਿਆਂ ਨੇ ਕਹਿਤਾ ਅਸੀਂ ਨਹੀਂ ਆਉਣਾ। ਹੁਣ ਜਦੋਂ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਕਹਿਤਾ ਕਿ ਭਾਈ ਮੈਂ ਨਹੀਂ ਜਾਂਦਾ ਅਸੀਂ ਬਾਈਕੜ ਕਰਾਂਗੇ। ਸਦਾਲੀਆ ਸਭ ਐਸੇ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਵੱਡਾ ਇਤਰਾਜ਼ ਕੀਤਾ ਉਹ ਕਹਿੰਦੇ ਜੀ ਤੁਸੀਂ ਕਾਂਗਰਸੀਆਂ ਦੇ ਮਗਰ ਲੱਕੇ ਬੈਠਕ 'ਚ ਨਹੀਂ ਜਾਣਾ ਪੰਜਾਬ ਦੇ ਮੁੱਦੇ ਨਹੀਂ ਰੱਖਣੇ ਪਏ ਕਿੱਥੋਂ ਮਿਲਣਗੇ ਤੁਸੀਂ ਧੱਕਾ ਕਰ ਰਹੇ ਹੋ ਪੰਜਾਬ ਨਾਲ ਪਰ ਮੈਨੂੰ ਇਹ ਵੀ ਲੱਗਦਾ ਕਿ ਕਿਤੇ ਨਾ ਕਿਤੇ ਜੇ ਇਧਰ ਹਿਮਾਚਲ ਪੰਜਾਬ ਫਿਰ ਦਿੱਲੀ ਉਹਦੇ ਤੋਂ ਬਾਅਦ ਬੰਗਾਲ ਉਹਦੇ ਤੋਂ ਬਾਅਦ ਫਿਰ ਤਾਮਿਲਨਾਡੂ ਫਿਰ ਕੇਰਲਾ ਫਿਰ ਕਰਨਾਟਕ 7 8 9 ਸੂਬੇ ਬਣਦੇ ਆ ਜੇ 9 ਸੂਬਿਆਂ ਦੀਆਂ ਸਰਕਾਰਾਂ ਬਾਈਕਾਟ ਕਰਨੀ ਗਿਆ ਹੋ ਸਕਦਾ ਕਿ ਚਰਚਾ ਚੱਲੇ ਤੇ ਮੈਂ ਤੁਹਾਨੂੰ ਇਹ ਵੀ ਕਹੂੰਗਾ ਜੇ ਤੁਸੀਂ ਬਾਈਕਾਟ ਕਰਨਾ ਵੀ ਹੈ ਇੱਕ ਸੈਮੀਨਾਰ ਕਰਾਓ ਉਸੇ ਦਿਨ ਜਿਹਦੇ ਵਿੱਚ ਬੁੱਧੀਜੀਵੀ ਸਦੋ ਉਹਨਾਂ ਨੂੰ ਕਹੋ ਜੀ ਅਸੀਂ ਝੂਠੇ ਹੋ ਸਕਦੇ ਦੂਜੇ ਵੀ ਝੂਠੇ ਹੋ ਸਕਦੇ ਤੁਸੀਂ ਦੱਸੋ ਕਿ ਕੀ ਜਿਹੜੇ ਗੈਰ ਸત્તાਤਾਰੀ ਧਿਰ ਦੇ ਸੂਬੇ ਨੇ ਉਹਨਾਂ ਨਾਲ ਤੱਕਾ ਤਾਂ ਨਹੀਂ ਹੁੰਦਾ ਕੀ ਜਿਹੜੇ ਫੰਡ ਫੰਡ ਨੇ ਉਹ ਸਾਰੇ ਠੀਕ ਤਰੀਕੇ ਮਿਲ ਰਹੇ ਆ ਉਸ ਰੇਸ਼ਿਓ ਚ ਮਿਲ ਰਹੇ ਜਿਸ ਰੇਸ਼ਿਓ ਦੇ ਵਿੱਚ ਸੂਬਿਆਂ ਦੀ ਜਨਸੰਖਿਆ ਜਾਂ ਸੂਬਿਆਂ ਦਾ ਖੇਤਰਫਲ ਹੈ ਜੇ ਤਾਂ ਇਦਾਂ ਦੀ ਕੋਈ ਗੱਲ ਮੁੜ ਕੇ ਲਿਖਤੀ ਵੀ ਬੰਡੋ ਮੁੜ ਕੇ ਡਿਜੀਟਲ ਰੂਪ ਦੇ ਵਿੱਚ ਲੋਕਾਂ ਕੋਲ ਲੈ ਕੇ ਜਾਓ ਫਿਰ ਤਾਂ ਸ਼ਾਇਦ ਲਾਂਬਨ ਦੀ ਹੋ ਕੇ ਪ੍ਰੈਸ਼ਰ ਬਣੇ ਨਹੀਂ ਤਾਂ ਓਖਾ ਇਹਦੇ ਚ ਆਪਾਂ ਇੱਕ ਕੱਲੇ ਵੀ ਐਡ ਕਰ ਦਿੰਦੇ ਆ ਦੇਖੋ ਪਲੈਨਿੰਗ ਕਮਿਸ਼ਨ ਜਿੱਥੋਂ ਗੱਲ ਚੱਲਦੀ ਪਲੈਨਿੰਗ ਮਹਿ ਜਾਂ ਨੀਤੀ ਯੋਗ ਦਾ ਮਤਲਬ ਇਹ ਹੋ ਗਿਆ ਵੀ ਉਹਨੇ ਕੇਂਦਰ ਸਰਕਾਰ ਦੇ ਕੋਲ ਜਾ ਕੇ ਆਪਣਾ ਉਹ ਡਰਾਫਟ ਦੇਣਾ ਭੀ ਆ ਅਸੀਂ ਮੀਟੀਆਂ ਕੀਤੀਆਂ ਫਲਾਣੇ ਫਲਾਣੇ ਸਟੇਟ ਦੀ ਆ ਗ ਜਾ ਐਸਾ ਉਦੇਕ ਨੀਤੀ ਹੋਵੇ ਜੇ ਉਹਦੇ ਚ ਮੰਨ ਲਓ ਵੀ ਕੋਈ ਨੀਤੀ ਨਿਕਲੇ ਆਪਾਂ ਇੱਕ ਗੱਲ ਕਰਦੀ ਵੀ ਫਿਊਚਰ ਦੀ ਇੱਕ ਨੀਤੀ ਹੈ ਜੀ ਵੀ ਰਾਜਾਂ ਦੀ ਜਾਂ ਫਲਾਨੇ ਫਲਾਨੇ ਸਟੇਟਾਂ ਦੀ ਮੰਗ ਆ ਵੀ ਜਿਹੜੇ ਸਾਡੇ ਫਲਾਨੇ ਫਲਾਨੇ ਸ਼ਹਿਰ ਨੇ ਜੀ ਉਹਨਾਂ ਦੇ ਵਿੱਚ ਮੈਟਰੋ ਚਾਹੀਦੀ ਜਾਈ ਜੀ ਸੀਡੀ ਕੁਝ ਵੀ ਚਾਹੀਦਾ ਹੁਣ ਗੱਲ ਇਹ ਆ ਵੀ ਇਤਰਾਜ਼ ਇਹਨਾਂ ਦਾ ਠੀਕ ਆ ਵੀ ਕਿ ਜੇ ਮੰਨ ਲਓ ਬਜਟ ਚ ਸਾਡੇ ਦੀ ਕੁਝ ਨਹੀਂ ਰੱਖਿਆ ਜਾਂ ਹੋਰ ਨਾ ਥਾਵਾਂ ਦੇ ਉੱਪਰ ਸਾਨੂੰ ਅਵੇਸਲਾ ਰੱਖਿਆ ਜਾਂਦਾ ਵੀ ਯਾਰ ਤੁਸੀਂ ਹੈ ਹੀ ਨਹੀਂ ਤੇ ਫਿਰ ਅਸੀਂ ਕੰਨ ਉੱਥੇ ਜਾਣਾ ਪਰ ਮੈਨੂੰ ਲੱਗਦਾ ਵੀ ਇਹ ਇਤਰਾਜ਼ ਠੀਕ ਆ ਆਪਣੀ ਥਾਂ ਦੇ ਕਰ ਲੈਣ ਇਹਨਾਂ ਨੇ ਨਾਕ ਜੀ ਸਦਕੇ ਨਾ ਜਾਣ ਇਹ ਵੀ ਗੱਲ ਤੁਹਾਡੀ ਠੀਕ ਹੈ ਵੀ ਉੱਥੇ ਬੁੱਧੀ ਜੀਵਾਂ ਦੇ ਥਰੂ ਜਾਂ ਬਾਕੀ ਲੋਕਾਂ ਦੇ ਵਿੱਚ ਪ੍ਰਚਾਰ ਮੈਨੂੰ ਲੱਗਦਾ ਉਹਦੇ ਵਿੱਚ ਇੱਕ ਚੀਜ਼ ਇਹ ਵੀ ਐਡ ਕਰ ਦੇਣ ਕਿ ਇਹਨਾਂ ਦੀ ਆਪੋ ਆਪਣੀ ਪਲਾਨਿੰਗ ਕੀ ਆ ਮੰਨਦੇ ਕੀ ਆ ਚਾਹੁੰਦੇ ਕੀ ਆ ਮੰਨ ਲਓ ਇਹ ਆ ਕਿ ਜਦੋਂ ਅੱਜ ਮੰਨ ਲਓ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਾਹਿਬ ਨੇ ਉਹ ਕਹਿੰਦੇ ਵੀ ਅਸੀਂ ਉੱਥੇ ਨਹੀਂ ਜਾਣਾ ਅਕਾਲੀ ਦਲ ਨੇ ਜਦੋਂ ਇਤਰਾਜ਼ ਕੀਤਾ ਵੀ ਯਾਰ ਤੁਸੀਂ ਨਹੀਂ ਜਾਣਾ ਤੇ ਫਿਰ ਕੋਈ ਗੱਲ ਥੋੜਾ ਬਣੀ ਹੁਣ ਦੋਨਾਂ ਦੇ ਵਿੱਚ ਲੋਕਾਂ ਦੇ ਵਿੱਚ ਭੰਮਲ ਪੂਸਾ ਹੋ ਗਿਆ ਨਾ ਵੀ ਯਾਰ ਇਹ ਚੱਲੇ ਨਹੀਂ ਤੇ ਫਿਰ ਮਿਲਣਾ ਕੀ ਆ ਉਹਦੇ ਨਾਲੋਂ ਚੰਗਾ ਵੀ ਤੁਸੀਂ ਆਪਣਾ ਇੱਕ ਪਲਾਨ ਵੀ ਦੱਸੋ ਵੀ ਅਸੀਂ ਪੰਜਾਬ ਲਈ ਆਪ ਪਲਾਨ ਸੋਚਦੇ ਜਿਹੜਾ ਅਸੀਂ ਉੱਥੇ ਜਾ ਕੇ ਡਿਸਕਸ ਕਰਨਾ ਸੀ ਜਾਂ ਇਸ ਤੋਂ ਪਿਛਲੀ ਮੀਟਿੰਗ 'ਚ ਅਸੀਂ ਕੀਤਾ ਸੀ ਉਹ ਸਾਡਾ ਇਹਨਾਂ ਨੇ ਸੁਣਿਆ ਨਹੀਂ ਗਾਂ ਅਸੀਂ ਆ ਚਾਹੁੰਦੇ ਸੀ ਉਸ ਤੋਂ ਬਾਅਦ ਅਸੀਂ ਆ ਚਾਹੁੰਦੇ ਸੀ ਕਿਉਂਕਿ ਪੰਜਾਬ ਐਸ ਪਾਸੇੋਂ ਜਿਹੜਾ ਉਹ ਖਤਮ ਹੋ ਰਿਹਾ ਜਾਂ ਐਸ ਪਾਸੇ ਕੰਮ ਕਰਨ ਦੀ ਲੋੜ ਆ ਉਹਦੇ ਤੇ ਕੇਂਦਰ ਸਰਕਾਰ ਕੁਝ ਕਰ ਨਹੀਂ ਲਈ ਜਾਂ ਉਹਦੇ ਨਾਲ ਦਾ ਕਾਊਂਟਰ ਕੋਈ ਵੀ ਦੱਸ ਦਿਓ ਵੀ ਯਾਰ ਇਹਦੇ ਨਾਲ ਦਾ ਰਲਦਾ ਮਿਲਦਾ ਫਲਾਨੀ ਫਲਾਨੀ ਸਟੇਟ 'ਚ ਤਾਂ ਕਰਤਾ ਤੇ ਸਾਡੇ ਕਰ ਨਹੀਂ ਰਹੇ ਫਿਰ ਹੋ ਸਕਦਾ ਕਿ ਗੱਲ ਜ਼ਿਆਦਾ ਕਲੀਅਰ ਹੋਵੇ ਤੇ ਜੇ ਆਪਾਂ ਵੱਲੋਂ ਰੋਸ ਕੇ ਵਿਟਰ ਕੇ ਬੈ ਹੀ ਗਏ ਖੁੰਜੇ ਇਹ ਕਹੇ ਬਲੇ ਨਿਆਣਾ ਵੀ ਰੋਸ ਕੇ ਬਿਟਰਿਆ ਹੁੰਦਾ ਦੇ ਕਿ ਜਰਾ ਕਰਦੇ ਕਹਿ ਰਹੇ ਨੇ ਕੋਈ ਨਹੀਂ ਨੇ ਰੋੜ ਆ ਕੇ ਹਟ ਜਾਣਾ ਕੋਈ ਨਹੀਂ ਆਪੇ ਆ ਜੂਗਾ ਬਿਲਕੁਲ ਠੀਕ ਹੈ ਬਾਕੀ ਸੰਧਾਲੀ ਸਭ ਮੈਂ ਜਾਂਦੇ ਜਾਂਦੇ ਤੁਹਾਡੇ ਤੋਂ ਅੱਗੇ ਲੈ ਕੇ ਇੰਨੀ ਇੱਕ ਗੱਲ ਦੱਸ ਦਿਆਂ ਕਿ ਹੁਣ ਆਉਣ ਵਾਲੇ ਥੋੜੇ ਕੁ ਦਿਨ ਮੈਂ ਤੁਹਾਡੇ ਨਾਲ ਦੂਸਰੇ ਤਰੀਕੇ ਬਹਿਣਾ ਕਿਉਂਕਿ ਸ਼ਾਇਦ ਦਾ ਪਾਸ ਲੈ ਲਿਆ ਪੂਰੀ ਸ਼ਹਾਇ ਦਾ ਪਾਸ ਲੈ ਲਿਆ 26 ਤਰੀਕ ਤੋਂ ਲੈ ਕੇ ਤੇ 30 ਜੁਲਾਈ ਤੱਕ ਸਪੇਨ ਦੇ ਵਿੱਚ ਬਾਰਸੀਲੋਨਾ ਵਾਲੇ ਪਾਸੇ ਹੋਣਾ 31 ਜੁਲਾਈ ਤੋਂ ਲੈ ਕੇ 3 ਜੁਲਾਈ ਤੱਕ ਜਿੱਥੇ 올림픽 ਖੇਡਾਂ ਹੋ ਰਹੀਆਂ ਉੱਥੇ ਪੈਰਿਸ ਦੇ ਵਿੱਚ ਹੋਣਾ। ਉਹਦੇ ਤੋਂ ਬਾਅਦ 3 ਤੋਂ ਲੈ ਕੇ 7 ਤਰੀਕ ਤੱਕ ਫ੍ਰੈਂਕਫਰਟ ਤੇ ਬਰਲਨ ਵਾਲੇ ਪਾਸੇ ਹੋਣਾ। ਸੋ ਇਹਨਾਂ ਸਾਰੇ ਥਾਵਾਂ ਦੇ ਉੱਤੇ ਜਿਹੜੇ ਪੰਜਾਬੀ ਪ੍ਰਾਈਮੇਰੀਆ ਟੀਵੀ ਦੇ ਪਰਿਵਾਰ ਦੇ ਮੈਂਬਰ ਨੇ ਉਹਨਾਂ ਦੇ ਨਾਲ ਮੁਲਾਕਾਤਾਂ ਗੱਲਾਂਬਾਤਾਂ ਜਿਹੜੀਆਂ ਹੋਣਗੀਆਂ ਤੇ WhatsApp ਨੰਬਰ ਮੈਂ ਹੁਣੇ ਬੋਲ ਦੇਣਾ ਭਾਰਤ ਵਾਲਾ +91 95012 ਤੇ 29706 95012 29706 ਭਾਰਤ ਵਾਲਾ ਨੰਬਰ ਹੈ ਤੇ WhatsApp ਤੇ ਸੰਪਰਕ ਜਿਹੜਾ ਉਹ ਕੀਤਾ ਜਾ ਸਕਦਾ ਹੈ। ਤੁਹੇ ਇਹ ਯਾਤਰਾ ਜਿਹੜੀ ਅਗਲੀ ਹੈ ਜੀ ਉਹਦੇ ਬਾਰੇ WhatsApp ਨੇ ਦੱਸਿਆ ਚਲੋ ਚੰਗੀ ਗੱਲ ਹੈ ਬੰਦਾ ਹੁਣ ਦੇਰ ਨਹੀਂ ਮੈਨੂੰ ਨਾਲ ਲੈ ਕੇ ਚੱਲਾ ਮੈਂ ਦੱਸ ਦਿਆਂ ਅਗਲੇ ਹਰ ਹੁਣ ਚਲੋ ਜੇ ਸਮਾਂ ਲੱਗਾ ਤੇ ਫਿਰ ਆਪਾਂ ਇਕੱਠੀ ਵੀ ਚੱਲਾਂਗੇ ਨਹੀਂ ਸਨੇਹੇ ਲੋਕਾਂ ਦੇ ਹੁਣ ਵੀ ਲੱਪੇ ਭਾਈ ਮੈਂ ਕਿ ਯਾਰ ਭਾਰ ਦੇ ਹਿਸਾਬ ਨਾਲ ਟਿਕਟ ਮਿਲਦੀ ਹੈ ਮਹਿੰਗੀ ਮਿਲਦੀ ਨਹੀਂ ਨਹੀਂ ਇਹ ਕਿਤੇ ਨਹੀਂ ਮਿਲਦੀ ਉਹ ਪਹਿਲਾਂ ਪਹਿਲਾਂ ਉਹ ਅੱਜ ਤੋਂ 20 ਸਾਲ ਪਹਿਲਾਂ ਕਹਿ ਦਿੰਦੇ ਸੀ ਜਿਹੜੇ ਆਪਣੇ ਐਨ ਆਰ ਆਈ ਜਾਂਦੇ ਨੇ ਨਹੀਂ 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 ਯਾਰ ਮੋਟੇ ਬੰਦੇ ਨਹੀਂ ਚਾੜ੍ਹ ਦਿੰਦੇ ਉਹ ਜਾਨ ਹੁਣ ਦੇ ਲਗਭਗ ਅਗਲੇ ਨੂੰ ਕਲੀਅਰ ਹੋ ਗਿਆ ਵੀ ਵੀਰ ਮੇਰਾ ਉਹਦੇ ਨਾਲ ਕੋਈ ਫਰਕ ਨਹੀਂ ਕੋਈ ਫਰਕ ਨਹੀਂ ਪੈਂਦਾ ਹਾਂ ਠੀਕ ਨਾ ਪਤਲੇ ਦੀ ਸਸਤੀ ਹੈ ਨਾ ਭਾਰੇ ਦੀ ਮਹਿੰਗੀ ਕਈ ਵਾਰ ਉਲਟਾ ਵੀ ਹੋ ਜਾਂਦਾ ਆ ਵੀਟੇ ਕਿ ਕਿਉਂ ਮਹਿੰਗੀ ਮਿਲ ਜੇ ਕਿਉਂ ਸਸਤੀ ਮਿਲ ਜੇ ਪਰ ਕਾਰ ਭਾਗੇ ਜੁੜੇ ਹੋਰ ਰਕਵਾਂਗੇ ਜੁੜੇ ਚਲੀਏ ਫਿਰ ਹੁਣ ਜੀ ਬਹੁਤ ਸ਼ੁਕਰੀਆ ਸੰਧਾਲੀਆ ਸਰ ਮਿਹਰਬਾਨੀ ਲਓ ਜੀ ਪ੍ਰੋਗਰਾਮ ਦੀ ਸਮਾਪਤੀ ਆ ਤੇ ਹੁਣ ਆਪਾਂ ਕੱਲੂ ਫਿਰ ਮਿਲਦੇ ਆ ਦੇਖਦੇ ਰਹਨਾ ਪ੍ਰਾਈਮਰੀ ਸ਼ਾਹ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ